ਬਹੁਤ ਹੀ ਪਿਆਰੇ ਬੱਚਿਓ ਅੱਜ ਆਪਾਂ ਇੱਕ ਅੰਗੀ ਪੜਨ ਜਾ ਰਹੇ ਆ ਸਮੁੰਦਰੋਂ ਪਾਰ ਕਪੂਰ ਸਿੰਘ ਘੁੰਮਣ ਹੋਰਾਂ ਦੀ ਲਿਖੀ ਹੋਈ ਐ ਤੇ ਬੱਚਿਓ ਜਿਵੇਂ ਆਪਾਂ ਨੂੰ ਪਤਾ ਵੀ ਇੱਕ ਅੰਗੀ ਦੇ ਜਿਹੜੇ ਸਾਰ ਤਾਂ ਆਪਾਂ ਨੂੰ ਨਹੀਂ ਆਉਂਦਾ ਹੈ ਇਸ ਤੇ ਵਾਰਤਾਲਾਪ ਆਉਂਦੇ ਨੇ ਆਪਾਂ ਨੂੰ ਠੀਕ ਐ ਤੇ ਉਸ ਦੇ ਨਾਲ ਪਾਤਰ ਆਉਂਦੇ ਨੇ ਤੇ ਪ੍ਰਸ਼ਨ ਆ ਜਾਂਦੇ ਨੇ ਤੇ ਉਂਝੇ ਕੰਗੀ ਨੂੰ ਆਪਾਂ ਪੜਦੇ ਨਹੀਂ ਹੁੰਦੇ ਬੱਚਿਓ ਇੱਕ ਅੰਗੀ ਨੂੰ ਪੜਨਾ ਹੈ ਇਹਦੇ ਨਾਲ ਨਾ ਇਨਸਾਫੀ ਕਰਨਾ ਹੁੰਦਾ ਹੈ ਇੱਕ ਅੰਗੀ ਹਮੇਸ਼ਾ ਆਪਾਂ ਸਟੇਜ ਦੇ ਉੱਪਰ ਪੇਸ਼ ਕਰਨੀ ਹੁੰਦੀ ਹੈ ਜਿੰਨੇ ਵੀ ਵਾਰਤਾਲਾਪ ਆਉਂਦੇ ਨੇ ਉਹ ਸਾਰੇ ਦੇ ਸਾਰੇ ਵਾਰਤਾਲਾਪ ਆਪਾਂ ਸਟੇਜ ਦੇ ਉੱਪਰ ਪੇਸ਼ ਕਰਨੇ ਹੁੰਦੇ ਨੇ ਬੱਚਿਓ ਠੀਕ ਹੈ ਤੇ ਅਲੱਗ-ਅਲੱਗ ਪਾਤਰ ਬਣਾ ਕੇ ਪਰ ਆਪਾਂ ਪੇਪਰ ਦੇ ਮੱਦੇ ਨਜ਼ਰ ਤੁਹਾਨੂੰ ਸਾਰੇ ਦੇ ਸਾਰੇ ਵਾਰਤਾਲਾਪ ਇਕਾਂਗੀ ਦੇ ਦੱਸਾਂਗੇ ਤਾਂ ਜੋ ਕੋਈ ਵੀ ਵਾਰਤਾਲਾਪ ਬੱਚਿਓ ਆਪਣੇ ਅੱਖੋਂ ਲੈ ਨਾ ਹੋ ਜਾਵੇ ਠੀਕ ਹੈ ਨਾ ਤੇ ਇਸ ਲਈ ਆਪਾਂ ਇਸ ਨੂੰ ਸਿਰਫ ਪੜਾਂਗੇ ਹੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਤੇ ਫਿਰ ਪਾਤਰ ਚਿੱਤਰਣ ਕਰਾਂਗੇ ਪ੍ਰਸ਼ਨ ਜਿਹੜੇ ਆਉਂਦੇ ਨੇ ਜਿਵੇਂ ਜਿਵੇਂ ਆਪਾਂ ਵਾਰਤਾਲਾਪ ਪੜਾਂਗੇ ਨਾ ਬੱਚਿਓ ਉਨ੍ਹਾਂ ਦੇ ਵਿੱਚੋਂ ਹੀ ਇੱਕ ਇੱਕ ਗੱਲ 'ਚੋਂ ਪ੍ਰਸ਼ਨ ਨਿਕਲ ਸਕਦੇ ਨੇ ਜਾਣਕਾਰੀ ਲੈ ਸਕਦੇ ਨੇ ਕਿਸੇ ਪਾਤਰ ਬਾਰੇ ਉਹ ਇਸ ਕਰਕੇ ਧਿਆਨ ਨਾਲ ਸੁਣ ਲਿਓ ਤੁਸੀਂ ਸਾਰੇ ਦੀ ਸਾਰੀ ਕਾਂਗੀ ਜਿਹੜੀ ਸਮੁੰਦਰੋਂ ਪਾਰ ਇੱਕ ਕਾਂਗੀ ਵਿੱਚ ਮਨੋਵਿਗਿਆਨਿਕ ਅਤੇ ਯਥਾਰਥਕ ਸਮੱਸਿਆ ਅਤੇ ਪ੍ਰਸਥਿਤੀ ਨੂੰ ਪੇਸ਼ ਕੀਤਾ ਗਿਆ ਹੈ ਸ਼ਰਨਜੀਤ ਦਾ ਪਤੀ ਹਰਦੇਵ ਬਾਜਵਾ ਪੰਜਾਬ ਵਿੱਚ ਰਹਿੰਦਿਆਂ ਗਲਤ ਆਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਜਦੋਂ ਸ਼ਰਨਜੀਤ ਨੂੰ ਅਜੀਹਾ ਨਾ ਕਰਨ ਲਈ ਉਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਮਤਲਬ ਸ਼ਰਨਜੀਤ ਕੋਸ਼ਿਸ਼ ਕਰਦੀ ਹੈ। ਠੀਕ ਹੈ ਨਾ ਉਹ ਉਲਟਾ ਉਸ ਉੱਪਰ ਮਾੜੇ ਆਚਰਣ ਦਾ ਦੋਸ਼ ਲਾ ਕੇ ਇੰਗਲੈਂਡ ਜਾ ਕੇ ਉੱਥੇ ਮਰਸੀਨਾ ਨਾਂ ਦੀ ਅੰਗਰੇਜ਼ ਕੁੜੀ ਨਾਲ ਵਿਆਹ ਕਰ ਲੈਂਦਾ ਹੈ। ਇਕਾਂਗੀ ਦਾ ਆਰੰਭ ਸ਼ਰਨਜੀਤ, ਸੁਖਦੇਵ ਅਤੇ ਨੀਟੂ ਦੇ ਇੰਗਲੈਂਡ ਪਹੁੰਚਣ ਨਾਲ ਹੁੰਦਾ ਹੈ। ਹਰਦੇਵ ਬਾਜਵਾ ਦਾ ਦੋਸਤ ਬਲਵੰਤ ਢਿੱਲੋਂ ਉਸ ਨੂੰ ਸਮਝਾਉਂਦਾ ਹੈ ਕਿ ਇੰਗਲੈਂਡ ਵਿੱਚ ਕਾਨੂੰਨ ਅਨੁਸਾਰ ਹੀ ਚੱਲਿਆ ਜਾ ਸਕਦਾ ਹੈ। اپنی مرضی ਅਨੁਸਾਰ ਨਹੀਂ ਸੁਖਦੇਵ ਬਾਜਵਾ ਹਰਦੇਵ ਬਾਜਵਾ ਦਾ ਛੋਟਾ ਭਰਾ ਇਸ ਗੱਲ ਤੇ ਵਜ਼ਿੱਦ ਹੈ ਕਿ ਉਹ ਆਪਣੀ ਪਰਜਾਈ ਸ਼ਰਨਜੀਤ ਨੂੰ ਆਪਣੇ ਭਰਾ ਕੋਲੋਂ ਉਸ ਦਾ ਹੱਕ ਦਿਵਾ ਕੇ ਹੀ ਰਹੇਗਾ ਪਰਜਾਈ ਅਤੇ ਨੇਟੂ ਨੂੰ ਹੱਕ ਦਿਵਾਉਂਦਿਆਂ ਅੰਤ ਸੁਖਦੇਵ ਨੂੰ ਆਪਣੀ ਜਾਨ ਤੋਂ ਹੀ ਹੱਥ ਧੋਣੇ ਪੈਂਦੇ ਹਨ ਹਾਂਜੀ ਬੱਚਿਓ ਸ਼ੁਰੂ ਕਰਦੇ ਆਪਾਂ ਇਕਾਂਗੀ ਸਭ ਤੋਂ ਪਹਿਲਾਂ ਆਪਾਂ ਬੱਚਿਓ ਇਕਾਂਗੀ ਦੇ ਪਾਤਰਾਂ ਬਾਰੇ ਜਾਣ ਪਛਾਣ ਕਰਦੇ ਹਾਂ ਸਭ ਤੋਂ ਪਹਿਲਾਂ ਹਰਦੇਵ ਬਾਜਵਾ ਮਿਡਲ ਸੈਕਸ ਵਿੱਚ ਰਹਿਦਾ ਪੰਜਾਬੀ ਗੱਪਰੂ ਫਿਰ ਬਲਵੰਤ ਢੀਲੋਂ ਹਰਦੇਵ ਦਾ ਦੋਸਤ ਹਕੂਮਤ ਰਾਏ ਹਰਦੇਵ ਦਾ ਕਵਾਂਟੀ ਦੋਸਤ ਸੁਖਦੇਵ ਬਾਜਵਾ ਹਰਦੇਵ ਦਾ ਛੋਟਾ ਭਰਾ ਸ਼ਰਨਜੀਤ ਹਰਦੇਵ ਦੀ ਪੰਜਾਬਣ ਪਤਨੀ ਮਰਸੀ ਹਰਦੇਵ ਦੀ ਅੰਗਰੇਜ਼ ਪਤਨੀ ਨੀਟੂ ਹਰਦੇਵ ਦਾ ਪੁੱਤਰ ਥਾਂ ਮਿਡਲ ਸੈਕਸ ਇੰਗਲੈਂਡ ਸਮਾ ਸ਼ਾਮ ਦੇ 4 ਵਜੇ ਵਰਤਮਾਨ ਇਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਨੇ ਬੱਚਿਓ ਵੀ ਕਿਹੜੀ ਥਾਂ ਹੋ ਰਹੇ ਨੇ ਇੰਗਲੈਂਡ ਦੇ ਵਿੱਚ ਹਨਾ ਤੇ ਸਮਾਂ ਕੀ ਹੈ ਸ਼ਾਮ ਦੇ 4 ਵਜੇ ਵਰਤਮਾਨ ਵਰਤਮਾਨ ਦਾ ਸਮਾਂ ਮਤਲਬ ਠੀਕ ਹੈ ਨਾ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਆਪਾਂ ਨੂੰ ਠੀਕ ਹੈ ਪਰਦਾ ਉੱਠਦਾ ਹੈ ਮਿਡਲ ਸੈਕਸ ਇੰਗਲੈਂਡ ਵਿੱਚ ਦੋ ਕਮਰਿਆਂ ਦੇ ਇੱਕ ਸੈੱਟ ਦਾ ਮੁਹਰਲਾ ਕਮਰਾ ਨਜ਼ਰ ਆਉਂਦਾ ਹੈ ਇੱਕ ਦਰਵਾਜ਼ਾ ਸੱਜੇ ਹੱਥ ਬਾਹਰ ਵਾਲੇ ਨੂੰ ਖੁੱਲਦਾ ਹੈ ਅਤੇ ਦੋ ਸਾਹਮਣੀ ਕੰਧ ਵੱਲ ਸਾਮਣੇ ਮੈਂਟਲ ਪੀਸ ਤੇ ਤਿੰਨ ਤਸਵੀਰਾਂ ਪਈਆਂ ਨਜ਼ਰ ਆਉਂਦੀਆਂ ਹਨ ਦੋ ਤਸਵੀਰਾਂ ਇੱਕੋ ਨੌਜਵਾਨ ਦੀਆਂ ਹਨ ਇੱਕ ਵਿੱਚ ਦਾੜੀ ਤੇ ਪਗੜੀ ਹੈ ਦੂਜੀ ਵਿੱਚ ਅੰਗਰੇਜ਼ ਫੈਸ਼ਨ ਦੀ ਹਜ਼ਮਤ ਹੈ ਇਹਨਾਂ ਦੋਹਾਂ ਤਸਵੀਰਾਂ ਦੇ ਵਿਚਕਾਰ ਇੱਕ ਅੰਗਰੇਜ਼ ਕੁੜੀ ਦੀ ਔਇਲ ਪੇਂਟਿੰਗ ਹੈ ਇਸ ਦੇ ਵਾਲ ਪਫ ਨਾਲ ਸਿਰ ਤੋਂ ਕੋਈ 6 ਇੰਚ ਉੱਪਰ ਤੱਕ ਸੈੱਟ ਕੀਤੇ ਹੋਏ ਹਨ ਚਿਹਰੇ ਦੇ ਟਕਸ਼ ਕਾਫੀ ਤਿੱਖੇ ਲੱਗਦੇ ਹਨ ਕਮਰੇ ਵਿੱਚ ਦੋ ਬੁੱਕ ਰੈਕ ਹਨ ਇੱਕ ਮੇਜ਼ ਉੱਪਰ ਲੈਂਪ ਹੈ ਪਾਸਿਆਂ ਤੇ ਚਾਰ ਕੁਰਸੀਆਂ ਇੱਕ ਸੈਂਟਰ ਟੇਬਲ ਦਿਵਾਰੇ ਚਾਰ ਆਰਾਮ ਕੁਰਸੀਆਂ ਪਈਆਂ ਹਨ ਤੇ ਦਿਵਾਰਾਂ ਉੱਤੇ ਕੁਝ ਤਸਵੀਰਾਂ ਹਨ ਫੁੱਲਦਾਨ ਅਤੇ ਕੁਝ ਸਜਾਵਟੀ ਚੀਜ਼ਾਂ ਵੀ ਸਜੀਆਂ ਹੋਈਆਂ ਹਨ ਪਾਸਿਆਂ ਵਾਲੀਆਂ ਦਿਵਾਰਾਂ ਦੀਆਂ ਖਿੜਕੀਆਂ ਉੱਪਰ ਪਰਦੇ ਲਟਕ ਰਹੇ ਹਨ ਇੱਕ ਸਿੱਖ ਨੌਜਵਾਨ ਬਾਹਰਲੇ ਦਰਵਾਜ਼ੇ ਤੇ دستਕ ਦੇ ਕੇ ਜਵਾਬ ਉਡੀਕਿਆਂ ਬਗੈਰ ਹੀ ਅੰਦਰ ਜਾਂਦਾ ਹੈ ਉਹ ਦੇਵ ਨੂੰ ਆਵਾਜ਼ ਦਿੰਦਾ ਹੈ ਨੌਜਵਾਨ ਬਾਜਵਾ ਮਿਸਟਰ ਬਾਜਵਾ ਬਾਜਵਾ ਅੰਦਰੋਂ ਹੀ ਕੋਣ ਢਿੱਲੋ ਢਿੱਲੋ ਹਾਂ ਜਲਦੀ ਆ ਤੈਨੂੰ ਇੱਕ ਅਜੀਬ ਖਬਰ ਦੱਸਾਂ ਢਿੱਲੋ ਤਸਵੀਰਾਂ ਕੋਲ ਜਾ ਖਲੋਂਦਾ ਹੈ ਅਤੇ ਗੌਰ ਨਾਲ ਉਹਨਾਂ ਨੂੰ ਵੇਖਦਾ ਹੈ ਬਾਜਵਾ ਨਟਕਾਈ ਬੰਨਦਾ ਹੁੰਦਾ ਹੈ ਬਾਜਵਾ ਦੱਸ ਕੀ ਗੱਲ ਹੈ ਟਿੱਲੂ ਸੁਣ ਕੇ ਤੈਨੂੰ ਸ਼ਾਇਦ ਇਤਬਾਰ ਨਾ ਆਵੇ ਪਰ ਹਕੀਕਤ ਕਈ ਵਾਰ ਇਤਬਾਰ ਦੇ ਬੈਰੀਅਰ ਤੋੜ ਦਿਆ ਕਰਦੀ ਹੈ ਬਾਜਵਾ ਮਰਸੀ ਬਾਰੇ ਕੋਈ ਐਸੀ ਨਹੀਂ ਸੀ ਗੱਲ ਹੈ ਟਿੱਲੂ ਮਰਸੀ ਬਾਰੇ ਨਹੀਂ ਸ਼ਰਨਜੀਤ ਬਾਰੇ ਬਾਜਵਾ ਹੱਸਦਾ ਹੋਇਆ ਸ਼ਰਨਜੀਤ ਉਹ ਨੂੰ ਮੈਂ ਸੱਤ ਸਮੁੰਦਰੋਂ ਪਾਰ ਧਰਮ ਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲੇ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖਰੂ ਹੋ ਗਿਆ ਹਾਂ ਇੰਗਲੈਂਡ ਦੀਆਂ ਆਜ਼ਾਦ ਫਿਜ਼ਾਵਾਂ ਨੇ ਮੈਨੂੰ ਮਰਸੀ ਬਖਸ਼ੀ ਹੋਈ ਹੈ ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕੇਗਾ ਢੀਲੋ ਜਦੋਂ ਅਸਲੀਅਤ ਦੀ ਤਾਬਨਾ ਛੱਲੀ ਜਾ ਸਕੇ ਅਸੀਂ ਅੱਖਾਂ ਮੀਚ ਕੇ ਉਸ ਨੂੰ ਸੁਪਨੇ ਜਾਂ ਪਰਛਾਵੇਂ ਵਿੱਚ ਬਦਲਣ ਦਾ ਤਰਲਾ ਕਰਦੇ ਹਾਂ ਪਰ ਅਸਲੀਅਤ ਤਾਂ ਅਸਲੀਅਤ ਹੀ ਰਹਿੰਦੀ ਹੈ ਬਾਜਵਾ ਤੇਰਾ ਮਤਲਬ ਹੈ ਸ਼ਰਨਜੀਤ ਮੇਰੇ ਪਿੱਛੇ ਇੱਥੇ ਇੰਗਲੈਂਡ ਵਿੱਚ ਵੀ ਪਹੁੰਚ ਸਕਦੀ ਹੈ ਢੀਲੋ ਪਹੁੰਚ ਸਕਦੀ ਨਹੀਂ ਪਹੁੰਚ ਚੁੱਕੀ ਹੈ ਤੇ ਜੇ ਤੂੰ ਚੰਨ ਤੇ ਵੀ ਪਹੁੰਚ ਗਿਆ ਹੁੰਦਾ ਤਾਂ ਵੀ ਸ਼ਾਇਦ ਉਹ ਜਾ ਫੜਦੀ ਬਾਜਵਾ ਮੋਰਖੇ ਜੇ ਪੰਜਾਬ ਵਿੱਚ ਕੋਲ ਰਹਿੰਦੇ ਹੋ ਮੇਰੇ ਹਿਰਦੇ ਤੱਕ ਨਾ ਪਹੁੰਚ ਸਕੀ ਤਾਂ ਹੋਰ ਕਿਤੇ ਜਾ ਕੇ ਕੀ ਕਰ ਲਵੇਗੀ ਢੀਲੋ ਜਦ ਤੱਕ ਸਵਾਸ ਤਦ ਤੱਕ ਆਸ ਬਾਜਵਾ ਸ਼ਾਇਦ ਤੂੰ ਆਖਿਆ ਉਹ ਇੱਥੇ ਪਹੁੰਚ ਗਈ ਹੈ ਢੀਲੋ ਸ਼ਾਇਦ ਨਹੀਂ ਵਾਕਈ ਪਹੁੰਚ ਚੁੱਕੀ ਹੈ ਤੂੰ ਉਹਦੇ ਸਵਾਗਤ ਦੀ ਤਿਆਰੀ ਕਰ ਬਾਜਵਾ ਤਰਾ ਸੋਚ ਕੇ ਢਿੱਲੋ ਵੱਲ ਵੇਖਦਾ ਹੈ ਉਹ ਮੁਸਕਰਾਉਂਦਾ ਹੈ ਬਾਜਵਾ ਵੀ ਮੁਸਕਰਾ ਪੈਂਦਾ ਹੈ ਤੇ ਫੇਰ ਠਹਾਕੇ ਮਾਰ ਕੇ ਹੱਸਦਾ ਹੈ ਬਾਜਵਾ ਤੂੰ ਤੇ ਮੇਰਾ ਤਰਾ ਹੀ ਕੱਢ ਦਿੱਤਾ ਸੀ ਯਾਰ ਹਾਂ ਦੱਸ ਕਿਹੜੀ ਅਜੀਬ ਖਬਰ ਦੱਸਣ ਆਇਆ ਢਿੱਲੋ ਦੱਸ ਤਾਂ ਦਿੱਤੀ ਹੈ ਬਾਜਵਾ ਗੰਭੀਰ ਹੋ ਕੇ ਮਰਸੀ ਮੈਨੂੰ ੜੀਕ ਰਹੀ ਹੋਵੇਗੀ ਮਜ਼ਾਕ ਛੱਡ ਤੇ ਦੱਸ ਚੱਲ ਦੱਸ ਢਿੱਲੋ ਮਜ਼ਾਕ ਕੌਣ ਪੜੂਗਾ ਮਜ਼ਾਕ ਕਰ ਰਿਹਾ ਹੈ ਬਾਜਵਾ ਤਾ ਕੰਬਖਤ ਸੱਚਮੁੱਚ ਨਹੀਂ ਟਲੀ ਟਿੱਲੋ ਅਨ ਪੜਤੇ ਗਵਾਰ ਔਰਤਾਂ ਵੀ ਆਪਣੇ ਪਤੀਆਂ ਕੋਲ ਇੱਥੇ ਆ ਜਾਂਦੀਆਂ ਨੇ ਫਿਰ ਸ਼ਰਨਜੀਤ ਤਾਂ ਚੰਗੀ ਪੜ੍ਹੀ ਲਿਖੀ ਕੁੜੀ ਐ ਬਾਜਵਾ ਡੈਮ ਹਰ ਮੈਂ ਉਹਨੂੰ ਆਪਣੀ ਪਤਨੀ ਨਹੀਂ ਸਮਝਦਾ ਟਿੱਲੋ ਸਮਝਣ ਨਾਲ ਸਮਝਣ ਨਾਲ ਕੀ ਫਰਕ ਪੈਂਦਾ ਏ ਤੂੰ ਤਲਾਕ ਦਿੱਤਾ ਉਸਨੂੰ ਬਾਜਵਾ ਜਦ ਮੈਂ ਉਹਦਾ ਰਾਹ ਹੀ ਛੱਡ ਦਿੱਤਾ ਦੇ ਛੱਡ ਦਿੱਤਾ ਤਲਾਕ ਪਿੱਛੇ ਰਹਿ ਗਿਆ ਢਿੱਲੋਂ ਕਾਨੂੰਨੀ ਤੌਰ ਤੇ ਉਹ ਤੇਰੀ ਪਤਨੀ ਹੈ ਪਹਿਲੀ ਪਤਨੀ ਦੇ ਹੁੰਦੇ ਆ ਤੂੰ ਮਰਸੀ ਨਾਲ ਵੀ ਮੈਰਿਜ ਕਰ ਲਈ ਇਹ ਮੈਰਿਜ ਭਾਰਤ ਵਿੱਚ ਵੀ ਨਾਜਾਇਜ਼ ਹੈ ਤੇ ਇੰਗਲੈਂਡ ਵਿੱਚ ਵੀ ਇਸ ਮੈਰਿਜ ਤੋਂ ਪਹਿਲਾਂ ਮੈਂ ਤੈਨੂੰ ਰੋਕਿਆ ਵਰਜਿਆ ਸੀ ਤੂੰ ਟਲਿਆ ਨਾ ਤੇ ਕਈ ਮਹੀਨੇ ਇਸ ਕੱਲੋਂ ਮੇਰੇ ਨਾਲ ਮੂੰਹ ਸੁਝਾਈ ਰੱਖਿਆ ਜੇ ਤੂੰ ਮੇਰੀ ਗੱਲ ਮੰਨ ਜਾਂਦਾ ਤਾਂ ਅੱਜ ਤੇਰੇ ਗਲ ਵਿੱਚ ਗਲਾਵਾ ਨਾ ਪੈਂਦਾ ਬਾਜਵਾ ਸ਼ਰਨਜੀਤ ਨੂੰ ਤੂੰ ਆਪ ਵੇਖਿਆ ਕਿਤੇ ਢਿੱਲੋ ਸ਼ਾਇਦ ਉਹ ਸਾਡੇ ਖਲੋਤਿਆਂ ਹੀ ਇੱਥੇ ਆ ਜਾਵੇ ਬਾਜਵਾ ਬੁੱਲ ਟੁਕਦਾ ਹੋਇਆ ਉਹ ਪਤਮੀਜ਼ ਦੀ ਐਨੀ ਹਿੰਮਤ ਐਨੀ ਜੂਰਤ ਮੇਥੋਂ ਚੋਰੀਓ ਨੇ ਪਾਸਪੋਰਟ ਬਣਾ ਲਿਆ ਮੈਨੂੰ ਦੱਸਿਆ ਬਗੈਰੋ ਇੰਗਲੈਂਡ ਵਿੱਚ ਆ ਗਈ ਮਿਡਲਸੈਕ ਪਹੁੰਚ ਗਈ ਪੰਜਾਬ ਵਿੱਚ ਮੈਨੂੰ ਉਹਨੇ ਸੁੱਖ ਦਾ ਸਾਹ ਨਾ ਲੈਣ ਦਿੱਤਾ ਤੇ ਹੁਣ ਇੱਥੇ ਮੇਰੇ ਜੀਵਨ ਨੂੰ ਝਰੀਟਣ ਝੁਲਸਣਾ ਆ ਗਈ ਮੈਂ ਮਾਂ ਦਾ ਪੁੱਤ ਨਹੀਂ ਜੇ ਉਹਨੂੰ ਢਿੱਲੋ ਬਾਜਵਾ ਦੇ ਮੂੰਹ 'ਅਗੇ ਹੱਥ ਦੇ ਕੇ ਉਸ ਨੂੰ ਚੁੱਪ ਕਰਾਉਂਦਿਆ ੜਬੰਗ ਪੂਣਾ ਇੱਥੇ ਨਹੀਂ ਚੱਲੇਗਾ ਦੋਸਤ ਸ਼ਰਨਜੀਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਨਾ ਤੇਰੀ ਧੌਣ ਵੇਲ ਨੇ ਵਿੱਚ ਹੋਵੇਗੀ ਤੇਰੇ ਨਾਲ ਮਰਸੀ ਵੀ ਪੀੜੀ ਜਾਏਗੀ ਬਾਜਵਾ ਸ਼ਰਨਜੀਤ ਮੇਰੀ ਪਤਨੀ ਬਣ ਕੇ ਤਾਂ ਨਾ ਰਹਿ ਸਕੇਗੀ ਢੀਲੋ ਮਰਸੀ ਨਾਲ ਤੇਰੀ ਮੈਰਿਜ ਨਜਾਇਜ਼ ਕਰਾਰ ਦਿੱਤੀ ਜਾਵੇਗੀ ਪਤਨੀ ਤੇਰੀ ਸ਼ਰਨਜੀਤ ਹੀ ਰਹੇਗੀ ਭਾਵੇਂ ਤੂੰ ਬਲੈਤ ਵਿੱਚ ਹੋਵੇਂ ਜਾਂ ਪੰਜਾਬ ਵਿੱਚ ਜੇਲ੍ਹ ਵਿੱਚ ਹੋਵੇਂ ਜਾਂ ਬਾਹਰ ਬਾਜਵਾ ਡੈਮ ਇਟ ਢੀਲੋ ਹੁਣ ਤੈਨੂੰ ਚਾਹੀਦਾ ਹੈ ਮਰਸੀ ਅੱਗੇ ਆਪਣਾ ਕਸੂਰ ਮੰਨ ਲਵੇ ਉਸ ਤੋਂ ਤਲਾਕ ਲਵੇ ਤੇ ਸ਼ਰਨਜੀਤ ਨੂੰ ਉਹਦਾ ਹੱਕ ਦੇਵੇ ਬਾਜਵਾ ਵਿਅੰਗ ਨਾਲ ਸ਼ਰਨਜੀਤ ਨੂੰ ਉਹਦਾ ਹੱਕ ਜ਼ਰੂਰ ਮਿਲੇਗਾ ਤੇ ਮੇਰਾ ਹੱਕ ਮੇਰਾ ਮਰਸੀ ਦਾ ਸਾਡਾ ਕੋਈ ਹੱਕ ਨਹੀਂ ਢੀਲੋ ਕਿਸੇ ਦਾ ਹੱਕ ਖੋ ਕੇ ਜਮਾਇਆ ਹੋਇਆ ਹੱਕ ਨਾ ਹੀ ਕਾਨੂੰਨ ਪਰਵਾਨ ਕਰਦਾ ਤੇ ਨਾ ਹੀ ਸਦਾਚਾਰ ਬਾਜਵਾ ਮੇਰੀ ਮਰਜ਼ੀ ਦੇ ਖਿਲਾਫ ਠੋਸਿਆ ਕੋਈ ਹੱਕ ਮੈਨੂੰ ਪਰਵਾਨ ਨਹੀਂ ਢੀਲੋਂ ਤੇ ਹੱਕ ਕਿਸੇ ਦੀ ਮਰਜ਼ੀ ਨੂੰ ਪਰਵਾਨ ਨਹੀਂ ਕਰਦਾ ਬਾਜਵਾ ਤਿਲ ਮਲਾ ਕੇ ਮੈਂ ਨਹੀਂ ਚਾਹੁੰਦਾ ਸ਼ਰਨਜੀਤ ਨੂੰ ਉਹਦੀ ਸ਼ਕਲ ਨਹੀਂ ਦੇਖ ਸਕਦਾ ਮੈਂ ਉਹ ਤੱਕੇ ਨਾਲ ਕਿਵੇਂ ਮੇਰੇ ਕੋਲ ਰਹਿ ਸਕਦੀ ਹੈ ਢੀਲੋਂ ਤੂੰ ਉਹਦੇ ਨਾਲ ਸ਼ਾਦੀ ਕਿਉਂ ਕਰਵਾਈ ਬਾਜਵਾ ਮਜਬੂਰੀ ਸੀ ਢਿੱਲੋ ਹੁਣ ਉਹਨੂੰ ਨਾਲ ਰੱਖਣਾ ਵੀ ਮਜਬੂਰੀ ਸੀ ਬਾਜਵਾ ਇੰਜ ਨਹੀਂ ਹੋਵੇਗਾ ਢਿੱਲੋ ਹੋ ਚੁੱਕਾ ਅਣ ਹੋਇਆ ਨਹੀਂ ਹੋ ਸਕਦਾ ਬਾਜਵਾ ਠੀਕ ਹੈ ਪਰ ਟੁੱਟਿਆ ਵੀ ਜੁੜ ਨਹੀਂ ਸਕਦਾ ਢਿੱਲੋ ਜੇ ਟੁੱਟਿਆ ਹੋਵੇ ਨਾ ਬਾਜਵਾ ਮੈਂ ਤੋੜ ਚੁੱਕਾ ਹਾਂ ਢਿੱਲੋ ਇਹ ਕੋਈ ਦਲੀਲ ਨਹੀਂ ਬਾਜਵਾ ਦਲੀਲ ਅੱਗੇ ਝੁਕਣਾ ਮੈਂ ਨਹੀਂ ਸਿੱਖਿਆ ਮੈਂ ਤਾਂ ਉਹ ਰਾਹ ਜਾਣਾ ਜੋ ਮੈਨੂੰ ਪਸੰਦ ਹੈ ਢੀਲੋ ਜੇ ਤੂੰ ਸ਼ਰਾਫਤ ਸਦਾਚਾਰ ਤੇ ਕਾਨੂੰਨ ਦੀਆਂ ਕੰਧਾਂ ਟੱਪਣ ਤੇ ਤੁਲਿਆ ਹੋਇਆ ਹੈ ਤਾਂ ਮੈਨੂੰ ਅਫਸੋਸ ਹੈ ਪਰ ਯਾਦ ਰੱਖੀ ਕਾਨੂੰਨ ਦੀਆਂ ਬਾਹਵਾਂ ਬਹੁਤ ਲੰਮੀਆਂ ਹੁੰਦੀਆਂ ਬਾਜਵਾ ਕੋਈ ਕਾਨੂੰਨ ਕੋਈ پابੰਦੀ ਹਿਰਦੇ ਨੂੰ ਅਜੇ ਤੱਕ ਬੰਨ ਨਹੀਂ ਸਕੀ ਢੀਲੋ ਤਾਂ ਸ਼ਰਨਜੀਤ ਨਾਲ ਤੇਰਾ ਸਮਝੌਤਾ ਨਹੀਂ ਹੋ ਸਕਦਾ ਬਾਜਵਾ ਬਿਲਕੁਲ ਨਹੀਂ ਜੋ ਕੋਸ਼ਿਸ਼ ਕਰੇਗੀ ਤਾਂ ਜਾਨ ਤੋਂ ਹੱਥ ਤੋਂ ਬੈਠੇਗੀ ਮੇਰੇ ਵੱਲੋਂ ਕਹਿ ਦੇ ਉਹਨੂੰ ਢਿੱਲੋਂ ਜਲਦਬਾਜ਼ੀ ਤੋਂ ਕੰਮ ਨਾ ਲੈ 2-4 ਦਿਨ ਸੋਚ ਲੈ ਬਾਜਵਾ ਚੰਗੀ ਤਰ੍ਹਾਂ ਸੋਚ ਲਿਆ ਮੈਨੂੰ ਕੈਦ ਹੋਣਾ ਮਨਜ਼ੂਰ ਹੈ ਕਤਲ ਕਰਨਾ ਮਨਜ਼ੂਰ ਹੈ ਪਰ ਸ਼ਰਨਜੀਤ ਦੀ ਸ਼ਕਲ ਵੇਖਣੀ ਮਨਜ਼ੂਰ ਨਹੀਂ ਮੇਜ਼ ਦੀ ਦਰਾਜ਼ ਵਿੱਚੋਂ ਪਿਸਤੌਲ ਕੱਢ ਕੇ ਜੇਬ ਵਿੱਚ ਪਾ ਲੈਂਦਾ ਹੈ ਢਿੱਲੋਂ ਤੇ ਤੇਰਾ ਭਰਾ ਸੁਖ ਬਾਜਵਾ ਸੁਖ ਕੀ ਢਿੱਲੋ ਉਹਦੀ ਵੀ ਸ਼ਕਲ ਵੇਖੇਗਾ ਜਾਂ ਨਹੀਂ ਬਾਜਵਾ ਸੁਖ ਨਾਲ ਆਇਆ ਸ਼ਰਨਜੀਤ ਦੇ ਢਿੱਲੋ ਹਾਂ ਤੇਰਾ ਬੱਚਾ ਨੀਟੂ ਵੀ ਨਾਲ ਆਉਣਾ ਸੀ ਬਾਜਵਾ ਤੂੰ ਮੈਨੂੰ ਹੁਣ ਤੱਕ ਦੱਸਿਆ ਕਿਉਂ ਨਹੀਂ ਢਿੱਲੋ ਮੈਂ ਸੋਚਿਆ ਪਤਨੀ ਦੇ ਨਾਂ ਤੋਂ ਹੀ ਪੁੜਕ ਪਿਆ ਬਾਜਵਾ ਸ਼ਾਇਦ ਇਹ ਸੁਣ ਕੇ ਉਹ ਕੱਪੜਿਆਂ ਤੋਂ ਬਾਹਰ ਹੋ ਜਾਵੇਗਾ ਕਿ ਉਹਦੀ ਪਤਨੀ ਛੋਟੇ ਦਿਓਰ ਨੂੰ ਨਾਲ ਲੈ ਕੇ ਆਈ ਹੈ ਬਾਜਵਾ ਸੁਖ ਕਿਉਂ ਆਇਆ ਉਸ ਚੰਦਰੀ ਨਾਲ ਢਿੱਲੋ ਇਹ ਤਾਂ ਉਸ ਤੋਂ ਪੁੱਛ ਲੈ ਬਾਜਵਾ ਇਹਨਾਂ ਲੋਕਾਂ ਮੈਨੂੰ ਜੂਣ ਨਹੀਂ ਦੇਣਾ ਢਿੱਲੋ ਤੇਰੇ ਬਗੈਰ ਉਹ ਨਹੀਂ ਜੀ ਸਕਦੇ ਉਹਨਾਂ ਦੇ ਨਾਲ ਤੂੰ ਜਾ ਨਹੀਂ ਸਕਦਾ ਮਸਲਾ ਨਿਹਾਇਤ ਗੁੰਝਲਦਾਰ ਹੈ ਬਾਜਵਾ ਹੋਕਾ ਪਰਕੇ ਇਹ ਗੱਲ ਤੂੰ ਠੀਕ ਆਖੀ ਹੈ ਢਿੱਲੋ ਫਿਰ ਸੁਖ ਵੀ ਤੈਨੂੰ ਮਿਲੇ ਜਾਂ ਨਾ ਤੇ ਨੀਟੂ ਜਵਾਬ ਨਹੀਂ ਉਹ ਦਿੱਤਾ ਬਾਜਵਾ ਅਜੇ ਮੈਨੂੰ ਕੋਈ ਨਾ ਮਿਲੇ ਜੇ ਮੈਂ ਮਨ ਬਣਾ ਲਿਆ ਤਾਂ ਤੈਨੂੰ ਦੱਸ ਦਿਆਂਗਾ ਟੀਲੂ ਤੈਨੂੰ ਹੁਣੇ ਫੈਸਲਾ ਕਰਨਾ ਪਵੇਗਾ 5 ਮਿੰਟ ਵਿੱਚ ਟੀਲੂ ਜਾਂਦਾ ਹੈ ਬਾਜਵਾ ਸੋਚੀ ਡੁੱਬ ਜਾਂਦਾ ਹੈ ਸਿਰ ਝਟਕਦਾ ਹੈ ਜੇ ਵਿੱਚ ਪਿਸਤੌਲ ਕੱਢ ਕੇ ਮੱਥੇ ਤੇ ਰੱਖਦਾ ਹੈ ਹਕੂਮਤ ਰਾਏ ਅਛੋਪਲੇ ਜਿਹੇ ਅੰਦਰ ਆਉਂਦਾ ਹੈ ਤੇ ਝੱਪਟਾ ਮਾਰ ਕੇ ਪਿਸਤੌਲ ਉਹਦੇ ਹੱਥੋਂ ਡੇਗ ਦਿੰਦਾ ਹੈ ਰਾਏ ਈਡੀਅਟ ਇਹ ਕੀ ਕਰਨ ਲੱਗਾ ਸੈਂ ਬਾਜਵਾ ਪਿਸਤੌਲ ਫੜਨ ਲੱਗਦਾ ਹੈ ਰਾਏ ਤੂੰ ਪਹਿਲਾਂ ਉੱਠ ਕੇ ਮੇਜ਼ ਦੀ ਦਰਾਜ ਵਿੱਚ ਪਿਸਤੌਲ ਰੱਖ ਦਿੰਦਾ ਹੈ ਤੇ ਅੱਗੇ ਉਹ ਆਪ ਖਲੋ ਜਾਂਦਾ ਹੈ ਬਾਜਵਾ ਮੈਂ ਇੱਕ ਅਜੀਬ ਘੁੰਮਣ ਘੇਰੀ ਵਿੱਚ ਫਸ ਗਿਆ ਮੌਤ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ ਰਾਏ ਕੀ ਹੋਇਆ ਬਾਜਵਾ ਸ਼ਾਮ ਨੂੰ ਦੱਸਾਂਗੇ ਸ਼ਾਮ ਨੂੰ ਦੱਸਾਂਗਾ ਜੇ ਜ਼ਿੰਦਗੀ ਨੇ ਸਾਥ ਦਿੱਤਾ ਫਿਲਹਾਲ ਇੰਨੀ ਮਿਹਰਬਾਨੀ ਕਰੀ ਕਿ ਕੋਈ ਅਜਨਬੀ ਮੇਰੇ ਬਾਰੇ ਪੁੱਛਣ ਆਵੇ ਤਾਂ ਦੱਸੀ ਨਾ ਏ ਵੀ ਨਾ ਦਸੀ ਕਿ ਮੈਂ ਇੱਥੇ ਰਹਿਣਾ ਵਾਂ ਰਾਏ ਅੱਛਾ ਬਾਜਵਾ ਸੱਚ ਆਖ ਦੇਂ ਮੈਂ ਨਹੀਂ ਰਹਿੰਦਾ ਪਤਾ ਨਹੀਂ ਕਿੱਥੇ ਰਹਿਣਾ ਵਾਂ ਰਾਏ ਭਾਰਤ ਤੋਂ ਆਇਆ ਕੋਈ ਬਾਜਵਾ ਹਾਂ ਰਾਏ ਫੇਰ ਤਾਂ ਇਸ ਹੱਦ ਤੱਕ ਬਦਸਲੂਕੀ ਬਾਜਬ ਨਹੀਂ ਬਾਜਵਾ ਬਾਜਬ ਨਾ ਬਾਜਬ ਦੇ ਚੱਕਰ ਵਿੱਚ ਨਾ ਪੋ ਮੇਰੀ ਜ਼ਿੰਦਗੀ ਮੌਤ ਦਾ ਸਵਾਲ ਹੈ ਰਾਏ ਅੱਛਾ ਐਸੀ ਕੋਈ ਗੱਲ ਹੈ ਬਾਜਵਾ ਬਾਹਰ ਨੂੰ ਜਾਣ ਲੱਗਦਾ ਹੈ ਫਿਰ ਵਾਪਸ ਆ ਜਾਂਦਾ ਹੈ ਬਾਜਵਾ ਹਾਂ ਸੱਚ ਮਰਸੀ ਨੂੰ ਟਾਈਮ ਦੇ ਕੇ ਮੈਂ ਪਹੁੰਚ ਨਹੀਂ ਸਕਿਆ ਸ਼ਾਇਦ ਉਹ ਇੱਥੇ ਆ ਜਾਵੇ ਉਸ ਨੂੰ ਆਖਣਾ ਮੈਂ ਮੈਟਰੋ ਹੋਟਲ ਵਿੱਚ ਉਡੀਕ ਰਿਹਾ ਰਾਈ ਓਕੇ ਬਾਜਵਾ ਫਿਰ ਮੇਜ਼ ਵੱਲ ਵਧਦਾ ਹੈ ਰਾਈ ਝਟ ਦਰਾਜ਼ ਅੱਗੇ ਖਲੋ ਜਾਂਦਾ ਹੈ ਰਾਈ ਬੁੱਕ ਰੈਕ ਵਿੱਚੋਂ ਕਿਤਾਬਾਂ ਫਰੋਲਦਾ ਹੈ ਇੱਕ ਕਿਤਾਬ ਲੈ ਕੇ ਬਾਹਰ ਵੱਲ ਵਧਦਾ ਹੈ ਤਾਂ ਦਰਵਾਜ਼ੇ ਤੇ دستਕ ਹੁੰਦੀ ਹੈ ਰਾਈ ਯੈਸ ਕਮ ਇਨ ਸੁਖ ਅੰਦਰ ਆ ਕੇ ਮਾਫ ਕਰਨਾ ਭਾਈ ਸਾਹਿਬ ਤੁਸੀਂ ਪੰਜਾਬੀ ਹੋ ਰਾਈ ਹਾਂ ਮੇਰਾ ਨਾਂ ਹਕੂਮਤ ਰਾਏ ਹੈ ਸੁਖ ਹਰਦੇਵ ਸਿੰਘ ਬਾਜਵਾ ਇੱਥੇ ਰਹਿੰਦੇ ਨੇ ਰਾਈ ਤੁਸੀਂ ਉਹਨਾਂ ਦੇ ਕੌਣ ਹੋ ਸੁਖ ਮੈਂ ਉਹਨਾਂ ਦਾ ਛੋਟਾ ਭਰਾ ਸੁਦੇਵ ਬਾਜਵਾ ਪੰਜਾਬ ਤੋਂ ਆਇਆ ਰਾਈ ਓ ਬਹੁਤ ਖੁਸ਼ੀ ਹੋਈ ਹੈ ਮਿਲ ਕੇ ਸੁਖ ਮੇਰੇ ਨਾਲ ਹੋਰ ਵੀ ਸਾਥ ਹੈ ਰਾਈ ਅੱਛਾ ਦਰਵਾਜ਼ੇ ਵਾਲ ਵਦਕੇ ਪਾਹਰ ਕਿਉਂ ਖੜਿਓ ਭੈਣ ਜੀ ਅੰਦਰ ਆਜੋ ਤੁਹਾਡਾ ਆਪਣਾ ਹੀ ਘਰ ਐ ਸ਼ਰਨਜੀਤ ਅੰਦਰ ਆਉਂਦੀ ਐ ਉਸਦੀ ਉਂਗਲੀ ਫੜ ਕੇ ਯਾ ਉਂਗਲ ਫੜੀ 3 ਸਾਲ ਦਾ ਬੱਚਾ ਨੇਟੂ ਵੀ ਆਉਂਦਾ ਹੈ ਉਹ ਸਤਿਸ਼੍ਰੀ ਅਕਾਲ ਕਹਿੰਦੇ ਹਨ ਸੁਖ ਸਾਨੂੰ ਭਰਾ ਜੀ ਦੇ ਘਰ ਦਾ ਪਤਾ ਦੱਸੋ ਰਾਏ ਸਾਹਮਣੇ ਮੈਂਟਲ ਪੀਸ ਤੇ ਪਈ ਤਸਵੀਰ ਵੱਲ ਇਸ਼ਾਰਾ ਕਰਕੇ ਇਹੀ ਐ ਨਾ ਤੁਹਾਡਾ ਭਰਾ ਸੁਖ ਮੇਰੇ ਨਾਲ ਹੋਰ ਵੀ ਸਾਥ ਹੈ ਰਾਏ ਅੱਛਾ ਦਰਵਾਜ਼ੇ ਵੱਲ ਵੱਧ ਕੇ ਬਾਹਰ ਕਿਉਂ ਖੜਿਓ ਭੈਣ ਜੀ ਅੰਦਰ ਆ ਜਾਓ ਤੁਹਾਡਾ ਆਪਣਾ ਹੀ ਘਰ ਐ ਸ਼ਰਨਜੀਤ ਅੰਦਰ ਆਉਂਦੀ ਐ ਉਸਦੀ ਉਂਗਲ ਪੜੀ 3 ਸਾਲ ਦਾ ਬੱਚਾ ਨੀਟੂ ਵੀ ਆਉਂਦਾ ਹੈ ਉਹ ਸਤਿ ਸ਼੍ਰੀ ਅਕਾਲ ਕਰਦੇ ਹਨ ਸੁਖ ਸਾਨੂੰ ਭਰਾਜੀ ਦੇ ਘਰ ਦਾ ਪਤਾ ਦੱਸੋ ਰਾਏ ਸਾਹਮਣੇ ਮੈਂਟਲ ਪੀਸ ਤੇ ਪਈ ਤਸਵੀਰ ਵੱਲ ਇਸ਼ਾਰਾ ਕਰਕੇ ਇਹ ਹੀ ਐ ਨਾ ਭਰਾ ਤੁਹਾਡਾ ਉਹਨਾਂ ਦਾ ਘਰ ਇਹ ਹੀ ਐ ਤੁਸੀਂ ਬੈਠੋ ਭੈਣ ਜੀ ਨੀਟੂ ਨੂੰ ਗੱਲ ਸੁਣੋ ਬਿੱਟੂ ਜੀ ਨੀਟੂ ਕੋਲ ਆਉਂਦਾ ਹੈ ਕੀ ਨਾ ਇਹ ਤੁਹਾਡਾ ਨੀਟੂ ਨੀਟੂ ਬਾਜਵਾ ਰਾਈ ਉਹ ਵੈਰੀ ਗੁੱਡ ਬਹੁਤ ਅੱਛੇ ਮੈਂ ਹੁਣ ਤੁਹਾਡੇ ਵਾਸਤੇ ਟਾਫੀਆਂ ਲਾਉਣਾ ਜਾਵਾਂ ਨੀਟੂ ਮੈਂ ਵੀ ਜਾਵਾਂਗਾ ਅੰਕਲ ਰਾਈ ਬਹੁਤ ਅੱਛੇ ਬਹੁਤ ਅੱਛੇ ਆ ਜਾਓ ਆ ਜਾਓ ਸ਼ਰਨਜੀਤ ਨੂੰ ਜੇ ਤੁਸੀਂ ਮਾਈਂਡ ਨਾ ਕਰੋ ਤਾਂ ਮੈਂ ਲੈ ਜਾਵਾਂ ਨੀਟੂ ਨੂੰ ਨਾਲ ਦਾ ਸੈਟ ਮੇਰਾ ਏ ਤੁਹਾਡੇ ਵਾਸਤੇ ਵੀ ਕੁਝ ਖਾਣ ਪੀਣ ਦਾ ਪ੍ਰਬੰਧ ਕਰਨਾ ਹੋਵੇਗਾ ਸ਼ਰਨ ਅਸੀਂ ਚਾਹ ਹੁਣੇ ਪੀਤੀ ਐ ਢਿੱਲੋ ਵੀਰ ਜੀ ਕੋਲੋਂ ਢਿੱਲੋ ਵੀਰ ਕੋਲੋਂ ਰਾਏ ਫਿਰ ਡਿਨਰ ਮੇਰੇ ਵੱਲ ਹੋਵੇਗਾ ਮੈਂ ਹੁਣੇ ਆਇਆ ਨੀਟੂ ਨੂੰ ਉਂਗਲ ਲਾ ਕੇ ਬਾਹਰ ਵੱਲ ਟੁਰਦਾ ਹੈ ਸੁਖ ਪਰ ਭਰਾ ਜੀ ਰਾਏ ਆ ਜਾਣਗੇ ਆ ਜਾਣਗੇ ਕਰੋ ਜਾਣ ਲੱਗਿਆ ਉਹਨਾਂ ਕਿਹਾ ਸੀ ਕਿਸੇ ਅਜਨਬੀ ਨੂੰ ਮੇਰਾ ਪਤਾ ਨਾ ਦੱਸਣਾ ਪਰ ਤੁਸੀਂ ਤਾਂ ਉਹਨਾਂ ਦੇ ਆਪਣੇ ਭਰਾ ਹੋਏ ਤੁਹਾਡਾ ਆਪਣਾ ਘਰ ਹੈ ਤੁਸੀਂ ਆਰਾਮ ਨਾਲ ਬੈਠੋ ਮੈਂ ਹਰਦੇਵ ਨੂੰ ਵੀ ਇਨਫਾਰਮ ਕਰ ਦੇਣਾ ਨੀਟੂ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਸੁਖ ਮਰਸੀ ਦੀ ਤਸਵੀਰ ਫੜ ਕੇ ਤਾਂ ਇਹੀ ਹੈ ਉਹ ਡੈਣ ਜਿਨੇ ਭਰਾ ਦੀ ਮੱਤ ਮਾਰ ਦਿੱਤੀ ਹੈ ਸ਼ਰਨ ਤਸਵੀਰ ਵੱਲ ਗੋਨ ਨਾਲ ਦੇਖ ਕੇ ਇਹ ਤਾਂ ਵਿਚਾਰੀ ਬੜੀ ਮਾਸੂਮ ਤੇ ਸੌ ਜਾਪਦੀ ਹੈ ਸੁਖ ਔਰਤ ਹਮੇਸ਼ਾ ਔਰਤ ਦਾ ਪੱਖ ਕਰੇਗੀ ਸ਼ਰਨ ਇਸ ਵਾਸਤੇ ਕਿ ਮਰਦ ਨੇ ਕਦੇ ਔਰਤ ਨੂੰ ਸਮਝਣਾ ਹੀ ਨਹੀਂ ਸ਼ਰਨ ਔਰਤ ਵਫਾਏ ਮੁਹੱਬਤੇ ਕੁਰਬਾਨੀਏ ਸੁਖ ਪੂਰਵ ਵਿੱਚ ਇੰਜ ਹੋਵੇਗਾ ਇੱਥੇ ਨਹੀਂ ਸ਼ਰਨ ਔਰਤ ਔਰਤੇ ਭਾਵੇਂ ਉਹ ਪੂਰਵ ਵਿੱਚ ਹੋਵੇ ਭਾਵੇਂ ਪਛਾਂ ਵਿੱਚ ਸੁਖ ਜੇ ਮਰਸੀ ਸੱਚਮੁੱਚ 마ਸੂਮ ਤੇ ਸੌ ਨਿਕਲ ਪਵੇ ਤਾਂ ਉਸ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਸ਼ਰਨ ਨਹੀਂ ਮਿਲਣੀ ਚਾਹੀਦੀ ਸੁਖ ਐਨੀਆਂ ਮੰਜ਼ਲਾ ਮਾਰ ਕੇ ऐसे वास्ते ਤੁਸੀਂ ਇੰਗਲੈਂਡ ਆਇਓ ਕਿ ਭਰਾ ਨੂੰ ਮਰਸੀ ਦੀ ਝੋਲੀ ਵਿੱਚ ਰਹਿਣ ਦਿੱਤਾ ਜਾਵੇ ਐਨੇ ਜ਼ਫਰ ਜਾਲਣ ਵੀ ਕੀ ਲੋੜ ਸੀ ਤੁਸੀਂ ਪੰਜਾਬ ਵਿੱਚ ਈ ਕਿਉਂ ਨਾ ਬੈਠੇ ਰਹੇ ਉੱਥੇ ਤਾਂ ਤੁਹਾਡੇ ਹੰਝੂ ਥੱਲੇ ਨਹੀਂ ਸੰਜਾਂਦੇ ਸ਼ਰਨ ਉੱਥੇ ਮੈਨੂੰ ਛੁੱਟੜ ਹੋਣ ਦਾ ਮੇਣਾ ਸੀ ਲੋਕੀ ਮੇਰੇ ਵੱਲ ਇਸ ਤਰ੍ਹਾਂ ਉਂਗਲਾਂ ਕਰਦੇ ਸਨ ਜਿਵੇਂ ਮੈਂ ਕੋਈ ਘੋਰ ਅਪਰਾਧ ਕੀਤਾ ਮੈਂ ਉਹਨਾਂ ਨੂੰ ਕਿਵੇਂ ਦੱਸਦੀ ਮੈਂ નિર્ਦੋਸ਼ ਆ ਸਮੁੰਦਰੋਂ ਪਾਰ ਆ ਕੇ ਮੈਨੂੰ ਇਹ ਚਿੰਤਾ ਨਹੀਂ ਰਹੀ ਮੇਰੇ ਬੱਚੇ ਨੂੰ ਬਾਪ ਮਿਲ ਜਾਏ ਚੰਗੀ ਗੱਲ ਐ ਪਤੀ ਮਿਲਣ ਦੀ ਪੂਰੀ ਆਸ ਮਹਿਰ ਦੇ ਵਿੱਚ ਰੱਖਿਓ ਨਹੀਂ ਸੁੱਖ ਕੁਝ ਗਰਮੀ ਵਿੱਚ ਇੰਜ ਨਾ ਅੱਖੋਂ ਪਰਚਾਈ ਜੀ ਇਹ ਸੌਦਾ ਮੈਨੂੰ ਮਨਜ਼ੂਰ ਨਹੀਂ ਜੇ ਤੁਹਾਡੇ ਪੈਰਾਂ ਦੀ ਸੌਂ ਖਾ ਕੇ ਆਖਣਾ ਜੇ ਭਰਾ ਦੇ ਘਰ ਤੁਹਾਨੂੰ ਆਦਰ ਨਾਲ ਵਸਾਇਆ ਨਾ ਤਾਂ ਮੈਂ ਮਨੁੱਖੀ ਜਾਤੀ ਤੇ ਕਲੰਕ ਹੋਵਾਂਗਾ ਸ਼ਰਨ ਆਦਰ ਸਤਕਾਰ ਖਰੀਦਿਆ ਨਹੀਂ ਜਾ ਸਕਦਾ ਵੀਰ ਨਾ ਹੀ ਇਹ ਦਬਕਿਆਂ ਤਾਕਤਾਂ ਦੇ ਜ਼ੋਰ ਮਿਲ ਸਕਦਾ ਸੁੱਖ ਨਿਰਾਦਰ ਕਰਨ ਵਾਲੀ ਅੱਖ ਕੱਢੀ ਜਾ ਸਕਦੀ ਏ ਹੱਥ ਤੋੜਿਆ ਜਾ ਸਕਦਾ ਜ਼ਬਾਨ ਕੱਟੀ ਜਾ ਸਕਦੀ ਏ ਮੇਰੀ ਮਾਂ ਵਰਗੀ ਪਰਜਾਈ ਦਾ ਨਿਰਾਦਰ ਕੋਈ ਕਰਕੇ ਤਾਂ ਵੇਖੇ ਸ਼ਰਨ ਮੇਰਾ ਆਦਰ ਕਿਹੜੀ ਗੱਲ ਵਿੱਚ ਐ ਤੇ ਨਿਰਾਦਰ ਕਿਹੜੀ ਵਿੱਚ ਤੈਨੂੰ ਕੀ ਪਤਾ ਹੈ ਸੁਖ ਮੈਨੂੰ ਸਭ ਪਤਾ ਹੈ ਪਰ ਤੁਸੀਂ ਆਪਣੀ ਬਕਾਲਤ ਆਪਨਾ ਕਰੋ ਪਰਜਾਈ ਜੀ ਭਰਾ ਨਾਲ ਮਰਸੀ ਨਾਲ ਮੈਨੂੰ ਗੱਲ ਕਰਨ ਦਿਓ ਸ਼ਰਨ ਤੂੰ ਕਾਹਲ ਵਿੱਚ ਕੰਮ ਚੋੜ ਕਰ ਬੈਠੇਗਾ ਸੁਖ ਉਹਦੀ ਸਜ਼ਾ ਮੈਨੂੰ ਮਿਲੇ ਤੁਹਾਨੂੰ ਨਹੀਂ ਸ਼ਰਨ ਤੈਨੂੰ ਸਜ਼ਾ ਕਿਉਂ ਮਿਲੇ ਵੀਰ ਤੂੰ ਕੀ ਗੁਨਾਹ ਕੀਤਾ ਸੁਖ ਤੇ ਤੁਸੀਂ ਕੀ ਗੁਨਾਹ ਕੀਤਾ ਸ਼ਰਨ ਇਹੋ ਪਤਾ ਕਰਨ ਤਾਂ ਸਮੁੰਦਰੋਂ ਪਾਰ ਆਈਆਂ ਦੋਵੇਂ ਚੁੱਪ ਕਰ ਜਾਂਦੇ ਹਨ ਜਿਵੇਂ ਡੂੰਘੀ ਸੋਚ ਵਿੱਚ ਡੁੱਬ ਗਏ ਹੋਣ ਬਲਵੰਤ ਢਿੱਲੋ ਕਾਹਲ ਨਾਲ ਅੰਦਰੋਂ ਆਉਂਦਾ ਹੈ ਢਿੱਲੋ ਤੁਸੀਂ ਇੱਥੇ ਪਹੁੰਚ ਗਏ ਮੈਂ ਹਰਦੇਵ ਨੂੰ ਮਿਲ ਕੇ ਗਿਆ ਤੁਹਾਡੇ ਆਉਣ ਬਾਰੇ ਸੁਣ ਕੇ ਉਹਦੇ ਸੱਤੀ ਕਪੜੀ ਅੱਗ ਲੱਗ ਗਈ ਉਹ ਕਹਿੰਦਾ ਮੈਂ ਸ਼ਰਨਜੀਤ ਨੂੰ ਇਸ ਕਮਰੇ ਵਿੱਚ ਵੇਖ ਲਿਆ ਤਾਂ ਸ਼ੂਟ ਕਰ ਦੇਵਾਂਗਾ ਸੁਖ ਆਉਣ ਦੇ ਸੋ ਦੇਖ ਲੈਂਗੇ ਕਿੰਨੀ ਹਿੰਮਤ ਬਾਜ਼ੂਏ ਕਾਤਲ ਮੇ ਹੈ ਸ਼ਰਨ ਮੈਨੂੰ ਪਹਿਲੇ ਹੀ ਸ਼ੱਕ ਸੀ ਉਹ ਮੇਰੇ ਨਾਲ ਅੱਖਾਂ ਨਹੀਂ ਮਿਲ ਸਕਣਗੇ ਉਹਨਾਂ ਦੀ ਸ਼ਰਾਪਤ ਦਾ ਝੁੰਗਲ ਮਾਟਾ ਪਾਰ ਚੋਂ ਜਾਣਾ ਹੋਇਆ ਤੇ ਫੇਰ ਮੈਂ ਵੀ ਪਾਣੀ ਡਿੜਕ ਕੇ ਕੀ ਲੈਣਾ ਨੀਟੂ ਬਾਰੇ ਤੁਸੀਂ ਪੁੱਛ ਲੈਣਾ ਉਹ ਝੋਲੀ ਪਾਉਂਦੇ ਨੇ ਜਾਂ ਨਹੀਂ ਜੀਤ ਹੈ ਮੇਰਾ ਨਹੀਂ ਕਰਤਾ ਇਹਨੂੰ ਇਸ ਤਰ੍ਹਾਂ ਦੇ ਪਿਤਾ ਦਾ ਸਾਆਇਆ ਮਿਲੇ ਪਰ 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 ਮਜਬੂਰੀ ਹੈ ਇਹ ਉਹਨਾਂ ਦੀ ਅਮਾਨਤ ਹੈ ਅੱਜ ਵੀ ਹੈ ਤੇ ਕੱਲ ਵੀ ਸੁਖ ਜੇ ਮਾਂ ਗੁਆ ਕੇ ਬਾਪ ਮਿਲਿਆ ਤਾਂ ਕੀ ਮਿਲਿਆ ਸ਼ਰਨ ਜਿਸ ਦੀ ਤਕਦੀਰ ਹੀ ਮਾੜੀ ਹੋਵੇ ਕੋਈ ਕੀ ਕਰੇਗਾ ਸੁਖ ਤੁਸੀਂ ਦਿਲ ਤੱਕੜਾ ਰੱਖੋ ਤਕਦੀਰ ਦੀ ਸੰਗੀ ਮੋੜ ਕੇ ਮੈਂ ਤਗੜੀ ਕਰ ਲਾਵਾਂਗਾ ਢੀਲੋ 2-4 ਦਿਨ ਸੋਚ ਵਿਚਾਰ ਲੈਣਾ ਠੀਕ ਰਹੇਗਾ ਸੁਖ ਗਲਤ ਰਹੇਗਾ ਤੱਤੇ ਤਾਂ ਜੋ ਕੰਮ ਹੋ ਜਾਏ ਸੋ ਠੀਕ ਹੁੰਦਾ ਹੈ ਠੰਡੇ ਦੁੱਧ ਫੁੱਕਾ ਮਾਰ ਕੇ ਕੱਖ ਨਹੀਂ ਪੱਲੇ ਪੈਣਾ ਢੀਲੋ ਇਹ ਗੁੱਸੇ ਵਿੱਚ ਅੰਨੇ ਬੋਲੇ ਨੇ ਆਉਂਦਿਆਂ ਸਾਰੀ ਸ਼ਰਨਜੀਤ ਭੈਣ ਜੀ ਨੂੰ ਸੱਚਮੁੱਚ ਸ਼ੂਟ ਕਰ ਦਿੱਤਾ ਸੁਖ ਇਹਦਾ ਇਲਾਜ ਬੜਾ ਸੌਖਾ ਏ ਪਰ ਜਾਈ ਅੰਦਰੋਂ ਮਰਸੀ ਵਾਲੇ ਕੱਪੜੇ ਪਾ ਲਵੇ ਤੇ ਤਸਵੀਰ ਸਾਹਮਣੇ ਰੱਖ ਕੇ ਵਾਲ ਇੰਜ ਇਹ ਬਣਾ ਲਵੇ ਪਿੱਠ ਕਰਕੇ ਬੈਠੀ ਰਹੀ ਢੀਲੋਂ ਖੁਸ਼ ਹੋ ਕੇ ਗੱਲ ਤਾਂ ਵਜ਼ਨਦਾਰ ਐ ਇੰਜ ਕਰ ਸਕੋਗੇ ਭੈਣ ਜੀ ਸੁਖ ਪੜਦੇ ਸਮੇਂ ਬੜੇ ਡਰਾਮੇ ਰੂਮੇ ਖੇੜਦੀ ਰਹੀ ਐ ਐਨੇ ਝੱਟ ਨਹੀਂ ਲਾਣਾ ਢੀਲੋਂ ਫੇਰ ਵੇਲਾ ਕਿਹੜਾ ਵੇਖਦੇ ਹੋ ਭੈਣ ਜੀ ਫੜੋ ਤਸਵੀਰ ਤੇ ਚਲੋ ਨਾਲ ਦੇ ਕਮਰੇ ਵਿੱਚ ਸ਼ਰਨ ਇਸ ਦਾ ਕੀ ਫਾਇਦਾ ਕੁਝ ਸੋਚਦੀ ਹੈ ਸੁਖ ਸੋਚਣ ਸਾਂਚਣ ਦਾ ਵੇਲਾ ਨਹੀਂ ਪਰ ਚਾਹੀ ਜੀ ਤੁਸੀਂ ਡਰਾਮਾ ਹੀ ਸਮਝ ਲਵੋ ਮੇਰੇ ਅੱਖੇ ਲੱਗ ਜਾਓ ਤੁਹਾਨੂੰ ਮੇਰੀ ਸੋਂ ਸ਼ਰਨ ਚੰਗਾ ਤੇਰੀ ਮਰਜ਼ੀ ਹੈ ਸ਼ਰਨ ਜੀ ਦੀ ਤਸਵੀਰ ਚੁੱਕ ਕੇ ਅੰਦਰ ਚਲੀ ਜਾਂਦੀ ਹੈ ਢਿੱਲੋ ਆ ਤਾਂ ਕਮਾਲ ਕਰ ਦਿੱਤੀ ਸੁ ਸੁਖ ਸਚਿਨ ਇਹ ਟੂ ਕਿੱਥੇ ਸੁਖ ਹਕੂਮਤ ਰਾਏ ਹੁਰੀ ਨਾਲ ਲੈ ਗਏ ਨੇ ਢੀਲੋਂ ਬੜਾ ਨੇਕ ਆਦਮੀ ਐ ਰਾਏ ਉਹ ਵੀ ਸਾਡਾ ਸਾਥ ਦੇਵੇਗਾ ਸੁਖ ਸਾਥ ਤਾਂ ਦੇ ਰਿਹਾ ਹੈ ਭਲਾ ਲੋਕ ਢੀਲੋਂ ਹੁਣ ਸੋਚੋ ਕਰਨਾ ਕੀ ਹੈ ਸੁਖ ਸੋਚਣ ਵਾਲੀ ਕਿਹੜੀ ਗੱਲ ਐ ਅਸਲੀ ਘਰ ਵਾਲੀ ਸਾਹਮ ਲਵੇ ਤੇ ਨਕਲੀ ਦਿੱਤਰ ਹੋ ਜਾਏ ਭਰਾ ਮੰਨ ਜਾਏ ਤਾਂ ਵਾਪਲਾ ਨਹੀਂ ਤੇ ਫੇਰ ਪਿੰਡੂਆਂ ਵਾਲੇ ਦੋ ਹੱਥ ਕਰ ਲਵਾਂਗੇ ਟਿੱਲੂ ਮਾਮਲਾ ਇੰਨਾ ਸਿੱਧਾ ਨਹੀਂ ਰੰਮੇ ਤੋਂ ਕੰਮ ਲੈਣਾ ਚਾਹੀਦਾ ਸੁਖ ਮੈਂ ਤੇ ਸਿੱਧੀ ਗੱਲ ਜਾਣਣਾ ਭਈ ਤੁਸੀਂ ਜ਼ਿੰਮੇਵਾਰੀ ਲੈ ਲਵੋ ਪਰਜਾਈ ਨੂੰ ਉਹਦੇ ਘਰ ਵਸਾਣ ਦੀ ਫਿਰ ਮੈਂ ਨਹੀਂ ਉਚਰਦਾ ਜੇ ਤੁਹਾਤੋਂ ਇਹ ਪੁੱਗਦਾ ਨਹੀਂ ਤਾਂ ਮੈਨੂੰ ਮਤਾਂ ਨਾ ਦਿਓ ਟਿੱਲੂ ਪਰ ਗੱਲ ਕਿਵੇਂ ਕਰੇਗਾ ਚੰਨ ਸੁਖ ਮੈਂ ਪਾਦਾ ਪੁੱਛਣ ਨਹੀਂ ਚੱਲਿਆ ਨਾ ਮੈਨੂੰ ਕੋਈ ਵਲਸ਼ਾ ਲਾਉਂਦਾ ਹੈ ਜਿਹੜੀਆਂ ਢਾਈ ਜਮਾਤਾ ਪੜੀਆਂ ਹੋਈਆਂ ਉਹੋ ਵਾਲੀ ਅਕਲ ਵਰਤ ਲਵਾਂਗਾ ਮਤਲਬ ਉਹਨਾਂ ਵਾਲੀ ਅਕਲ ਵਰਤ ਲਵਾਂਗਾ ਢਿੱਲੂ ਇੱਥੇ ਜੋਤਰੀ ਗੋਡੀ ਦਾ ਕੰਮ ਤਾਂ ਹੈ ਨਹੀਂ ਵੀਰਾ ਨੀਤੀ ਵਰਤਣੀ ਪਵੇਗੀ ਸੁਖ ਉਹ ਕੀ ਹੁੰਦੀ ਐ ਢਿੱਲੂ ਜਿਵੇਂ ਪਰਜਾਈ ਦਾ ਭੇਸ ਬਦਲਵਾਇਆ ਈ ਇਹ ਨੀਤੀ ਐ ਇਸੇ ਤਰ੍ਹਾਂ ਦੀ ਹੋਰ ਕੋਈ ਜੁਗਤ ਸੋਚੀ ਜਾਏ ਤਾਂ ਠੀਕ ਐ ਸੁਖ ਮਰਸੀ ਨੂੰ ਕਿਉਂ ਨਾ ਟਾਬਾ ਦੂਬਾ ਮਾਰ ਕੇ ਇਹਰ ਕਾਲਿਆ ਜਾਵੇ ਟਿੱਲੋ ਹੈ ਤਾਂ ਠੀਕ ਪਰ ਸਾਨੂੰ ਉਹਦੇ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਦੁਸ਼ਮਣੀ ਨਹੀਂ ਉਹ ਵਿਚਾਰੀ ਦਾ ਕੀ ਕਸੂਰ ਹੈ ਬਾਹਰ ਵੱਲ ਹੈਰਾਨੀ ਨਾਲ ਵੇਖਦਾ ਹੈ ਮਰਸੀ ਆ ਗਈ ਹੈ ਅਜੇ ਹੀ ਗੱਲ ਨਾ ਕਰਨੀ ਜੋ ਉਹ ਦਿਲ ਤੇ ਲੱਗੇ ਮਤਲਬ ਉਹਦਾ ਤਿਲ ਦੁਖਾਵੇ ਮਰਸੀ ਅੰਦਰ ਆਉਂਦੀ ਹੈ ਹੈਲੋ ਹੈਲੋ ਕਰਦੇ ਆ ਤੁਹਾਨੂੰ ਵਿਸ਼ ਕਰਦੀ ਹੈ ਟਿੱਲੋ ਜਾਣ ਪਛਾਣ ਕਰਾਉਂਦਿਆ ਮਿਸਟਰ ਸੁਖਦੇਵ ਬਾਜਵਾ ਹਰਦੇਵ ਦਾ ਬ੍ਰਦਰ ਮਰਸੀ ਉਹ ਰੀਲੀ ਹੱਥ ਮਿਲਾ ਕੇ ਮਿਲ ਕੇ ਬਹੁਤ ਖੁਸ਼ੀ ਹੋਇਆ ਮਿਸਟਰ ਸੁਖਦੇਵ ਬਾਜਵਾ ਸੁਖ ਥੈਂਕ ਯੂ ਪਰ ਤੁਹਾਨੂੰ ਪੰਜਾਬੀ ਵੀ ਆਉਂਦੀ ਹੈ ਮਰਸੀ ਥੋੜਾ ਥੋੜਾ ਆਪਕਾ ਬ੍ਰਦਰ ਇਧਰ ਹੈ ਢਿੱਲੋ ਨਹੀਂ ਮਰਸੀ ਕਿਧਰ ਗਿਆ ਢਿੱਲੋ ਸ਼ਾਇਦ ਮਿਸਟਰ ਰਾਏ ਨੂੰ ਪਤਾ ਹੋਵੇ ਮੈਂ ਹੁਣੇ ਪੁੱਛ ਕੇ ਦੱਸਣਾ ਮਰਸੀ ਪਲੀਜ਼ ਢਿੱਲੋ ਮੈਂ ਹੁਣੇ ਆਇਆ ਜਾਂਦਾ ਹੈ ਮਰਸੀ ਆਪ ਲੋਗ ਇੰਗਲੈਂਡ ਕਬ ਆਇਆ ਸੁਖ ਅਜੇ ਪਹੁੰਚੀ ਆ ਭਰਾ ਨਾਲ ਮਿਲਨੀ ਹੋਇਆ ਮਰਸੀ ਆਪ ਲੋਕ ਕਿਆ ਖਾਏਗਾ ਸੁਖ ਖਾ ਪੀ ਕੇ ਨਿਸ਼ਾ ਹੋ ਗਈ ਐ ਮੇਮ ਸਾਹਿਬ ਤੁਸੀਂ ਇਹ ਦੱਸੋ ਪਲਾ ਮੇਰੇ ਬ੍ਰਦਰ ਨਾਲ ਤੁਸੀਂ ਮੈਰਿਜ ਕੀਤੀ ਐ ਮਰਸੀ ਤੁਹਾਡਾ ਆਈਡੀਆ ਠੀਕ ਹਮ ਉਸਕਾ بیوی ਸੁਖ ਪਰ ਉਹਦੀ ਤਾਂ ਪਹਿਲੀ ਪੰਜਾਬਣ بیوی ਵੀ ਐ ਤੁਹਾਨੂੰ ਪਤਾ ਐ ਮਰਸੀ ਉਹ ਬੋਲਤਾ ਤਲਾਕ ਹੋ ਗਿਆ ਸੁਖ ਉਹ ਝੂਠ ਮਾਰਦਾ ਹੈ ਤਲਾਕ ਕੋਈ ਨਹੀਂ ਹੋਇਆ ਮਰਸੀ ਚਿੰਤਾ ਵਿੱਚ ਤੋ ਉਸki بیوی ਕਾ ਕੀ ਹੁਆ ਸੁਖ ਇਧਰ ਆਇਆ ਹੈ ਮਰਸੀ ਕਿਧਰ ਸੁਖ ਦੂਸਰੇ ਕਮਰੇ ਵਿੱਚ ਮਰਸੀ ਉਧਰ ਕਿਆ ਕਟਾ ਸੁਖ ਮੇਕਅਪ ਮਰਸੀ ਬੰਨਦਾ ਆਪਣੇ ਹਸਬੰਦ ਨੂੰ ਮਿਲਣ ਦੀ ਤਿਆਰੀ ਮਰਸੀ ਡੂੰਗੀ ਸੋਚ ਵਿੱਚ ਡੁੱਬ ਜਾਂਦੀ ਹੈ ਅੰਦਰ ਵਾਰ ਛਾਤ ਮਾਰਦੀ ਹੈ ਮਤਲਬ ਛਾਤੀ ਮਾਰਦੀ ਹੈ ਮਰਸੀ ਦੁਖੀ ਹੋ ਕੇ ਆਈ ਸੀ ਬਲਵੰਤ ਢੀਲੋਂ ਆਉਂਦਾ ਹੈ ਢੀਲੋਂ ਹਰਦੇਵ ਮੈਟਰੋ ਵਿੱਚ ਆਪ ਕਾ ਵੇਟ ਕਰਤਾ ਮਰਸੀ ਇਹ ਬੋਲਤਾ ਬ੍ਰਦਰ ਹਰਦੇਵ ਪਹਿਲੇ ਮੈਰਿਡ ਹੈ ਢੀਲੋਂ ਠੀਕ ਹੈ ਤੇ ਉਸਦਾ ਇੱਕ ਲੜਕਾ ਵੀ ਹੈ ਮਰਸੀ ਕਿਆ ਬੋਲਾ ਲੜਕਾ ਢੀਲੋਂ ਯੈਸ ਮੈਡਮ 3 ਸਾਲ ਦਾ ਲੜਕਾ ਮਰਸੀ ਪੀੜਤ ਹੋ ਕੇ ਓ ਗੋਡ ਹਮਾਰਾ ਸਾਥ ਕੈਸਾ ਸ਼ੇਮਫੁਲ ਡੋਕਾ ਹੁਆ आप पंजाबी लोग का बराडरी ये ओटा आप ऑर्ट को घर में भी ऐसा डिसीव करता और दूसरा मुल्क में जाकर भी डिसीव करता शर्म का बाट शेम शेम ढिलों हरदेव ने सचमुच बड़ी कोझी तो शर्मनाक करतूत की है जे सू पहला पता हों मरसी आप लोग सब जानता सब डोकेबाज तुम लोगों का ट्रस्ट करने वाला इडियट है तुम लोग खेल तमाशा समझता वैल्यू से खेलता सेंटीमेंट से खेलता लाइफ से खेलता तुम लोग आग से खेलता जिधर जाता आग लगाटा हमारा लाइफ को आग लगा दिया हम जलकर भी मर जाएगा लेकिन अपना सब लोग को बटाएगा कोई किसी पंजाबी का इंडियन का ट्रस्ट नहीं करेगा कभी नहीं करेगा चली जाती है हो गई ਮਾਰ ਲਿਆ ਮੋਰਚਾ ਢੀਲੋ ਮੇਰੀ ਤਾਂ ਸ਼ਰਮ ਨਾਲ ਗਰਦਨ ਝੁਕ ਗਈ ਐ ਸੁਖ ਸ਼ਰਮ ਸ਼ਰਮ ਹਿਆ ਤਾਂ ਔਰਤ ਦਾ ਗਹਿਣਾ ਹੁੰਦਾ ਹੈ ਮਰਦ ਕੋਲ ਇਹਦਾ ਕੀ ਕੰਮ ਪਰ ਅਸ਼ਕੇ ਮਰਸੀ ਦੇ ਬੜਾ ਜਿਗਰ ਵਿਖਾਇਆ ਸੁਖ ਗੱਲ ਪੁੰਝੇ ਨਹੀਂ ਪੈਣ ਦਿੱਤੀ ਤੇ ਰਸਤਾ ਸਾਫ਼ ਕਰ ਗਈ ਐ ਪਰਜਾਈ ਛੇਤੀ ਆ ਕੇ ਮੂੰਹ ਮਿੱਠਾ ਕਰਵਾ ਹੁਣ ਸ਼ਰਨਜੀਤ ਵੀ ਤੂੰ ਤੇ ਮਰਸੀ ਵੀ ਤੂੰ ਢੀਲੋ ਪਹਿਲਾਂ ਆਪਣੇ ਭਰਾ ਤੋਂ ਵੀ ਪੁੱਛ ਲੈ ਸੁਖ ਹੁਣ ਭਰਾ ਤੋਂ ਪੁੱਛਣ ਵਾਸਤੇ ਬਾਕੀ ਕੀ ਰਹਿ ਗਿਆ ਢਿੱਲੋਂ ਜੇਹੋ ਮਰਸੀ ਦੇ ਇਸ ਤਰ੍ਹਾਂ ਜਾਣ ਤੋਂ ਹੋਰ ਵੀ ਚੜ ਗਿਆ ਸੁਖ ਲਾਂਗੇ ਵਾਲੀ ਖੋਤੀ ਵਾਂਗ ਆਪੇ ਸੈ ਲਵੇਗਾ ਢਿੱਲੋਂ ਤਾਂ ਤੂੰ ਆਪਣੇ ਭਰਾ ਨੂੰ ਜਾਣਦਾ ਨਹੀਂ ਸੁਖ ਤੁਸੀਂ ਫਿਰ ਮੇਰੇ ਭਰਾ ਦੇ ਭਰਾ ਨੂੰ ਨਹੀਂ ਜਾਣਦੇ ਭਰਾ ਜੀ ਢਿੱਲੋਂ ਇਹ ਤਾਂ ਦੱਸ ਤੇਰਾ ਭਰਾ ਸ਼ਰਨਜੀਤ ਨੂੰ ਨਫ਼ਰਤ ਕਿਉਂ ਕਰਦਾ ਹੈ ਸੁਖ ਇਸ ਵਾਸਤੇ ਕਿ ਉਹ ਸੱਚ ਬੋਲਦੀ ਹੈ ਢਿੱਲੋਂ ਸੱਚ ਤਾਂ ਮਾੜਾ ਨਹੀਂ ਹੁੰਦਾ ਸੁਖ ਵੇਖਿਆ ਜੇ ਸੱਚ ਦਾ ਕਾਰਾ ਮਰਸੀ ਨੂੰ ਸੱਚ ਜਾਣ ਕੇ ਕਿੰਨੀ ਤਕਲੀਫ ਹੋਈ ਐਸੀ ਤਰ੍ਹਾਂ ਪਰਜਾਈ ਦਾ ਸੱਚ ਬੋਲਿਆ ਭਰਾ ਨੂੰ ਹਜ਼ਮ ਨਾ ਹੋ ਸਕਿਆ ਉਸਨੇ ਨੌਕਰੀ ਛੱਡੀ ਜਾਇਦਾਦ ਵੇਚੀ ਤੇ ਸਮੁੰਦਰੋਂ ਪਾਰ ਆ ਗਿਆ ਸੱਚੋਂ ਡਰਦਾ ਮਾਰਾ ਪਰ ਸੱਚ ਨੇ ਉਹਦਾ ਪਿੱਛਾ ਨਹੀਂ ਛੱਡਿਆ ਢੀਲੋਂ ਫੇਰ ਵੀ ਗੱਲ ਕੀ ਹੋਈ ਸੀ ਸੁਖ ਭਰਾ ਦੀ ਚਾਲ ਕੁਝ ਸਾਵਾਂ ਵਾਲੀ ਨਾ ਵੇਖ ਕੇ ਪਰਜਾਈ ਨੇ ਉਸ ਨੂੰ ਸਮਝਾਉਣਾ ਚਾਹਿਆ ਪਰ ਉਲਟਾ ਪਰਜਾਈ ਨੂੰ ਪੰਡਣ ਲੱਗ ਗਿਆ ਆਖੇ ਵਿਆਹ ਤੋਂ ਪਹਿਲਾਂ ਇਹਦੇ ਨਾਲ ਕੋਈ ਹਾਦਸਾ ਹੋਇਆ ਹੈ ਪਰ ਮੇਰੇ ਮੰਨਣ ਵਿੱਚ ਨਹੀਂ ਆਉਂਦਾ ਪਰਜਾਈ ਤੇ ਸ਼ੱਕ ਕਰਨਾ ਇੰਜ ਲੱਗਦਾ ਜਿਵੇਂ ਮੈਂ ਆਪਣੀ ਮਾਂ ਦਾ ਪੁੱਤਰ ਹੋਣ ਤੇ ਸ਼ੱਕ ਕਰਾਂ ਢਿਲੋਂ ਕੀ ਪਤਾ ਮਰਸੀ ਨਾਲ ਵੀ ਵਿਆਹ ਤੋਂ ਪਹਿਲਾਂ ਕਿੰਨੇ ਹਾਦਸੇ ਹੋਏ ਹੋਣ ਸੁਖ ਪਰ ਮਰਸੀ ਸਮੁੰਦਰੋਂ ਪਾਰ ਜੰਮੀ ਪਈ ਹੈ ਮਤਲਬ ਉਹਦੇ ਵਾਸਤੇ ਹਾਦਸੇ ਦੀ ਕੋਈ ਵੁਕਤ ਨਹੀਂ ਰਹਿ ਜਾਂਦੀ ਢਿਲੋਂ ਸਮੁੰਦਰ ਤੋਂ ਪਾਰ ਵੀ ਉਹੀ ਮਨੁੱਖ ਨੇ ਉਹੀ ਦਿਲ ਤੇ ਉਹੀ ਦਰਦ ਮਨੁੱਖੀ ਰਿਸ਼ਤੇ ਤੇ ਕਦਰਾਂ ਕੀਮਤਾਂ ਸਾਰੇ ਸੰਸਾਰ ਵਿੱਚ ਇੱਕਸਾਰ ਹੋਣ ਤਾਂ ਕਿੰਨਾ ਚੰਗਾ ਹੋਵੇ ਕੋਈ ਪੰਜਾਬੀ ਨਾ ਹੋਵੇ ਆਫਰੀਕੀ ਨਾ ਹੋਵੇ ਸਾਰੇ ਕੇਵਲ ਮਨੁੱਖ ਹੋਣ ਮਰਸੀ ਦਾ ਦੁੱਖ ਸ਼ਰਨਜੀਤ ਦਾ ਦੁੱਖ ਹੋਵੇ ਤੇ ਸ਼ਰਨਜੀਤ ਦੀ ਖੁਸ਼ੀ ਮਰਸੀ ਦੀ ਹਰਦੇਵ ਬਾਜਵਾ ਕਾਫੀ ਪਰੇਸ਼ਾਨ ਹੁੰਦਾ ਹੈ ਮਤਲਬ ਪਰੇਸ਼ਾਨੀ ਵਿੱਚ ਅੰਦਰ ਆਉਂਦਾ ਹੈ ਸੁੱਖ ਨੂੰ ਵੇਖ ਕੇ ਧਿਆਨ ਨਾਲ ਬੁਲਾ ਲੈਂਦਾ ਹੈ ਤੇ ਢਿੱਲੋਂ ਕੋਲ ਜਾ ਖਲੋਂਦਾ ਹੈ ਬਾਜਵਾ ਇੱਥੇ ਮਰਸੀ ਤਾਂ ਨਹੀਂ ਆਈ ਸੁਖ ਅੰਦਰ ਹੀ ਐ ਹਰਦੇਵ ਉਸ ਵੱਲ ਇਸ਼ਾਰਾ ਕਰਦਾ ਹੈ ਤੇ ਉਹਦੇ ਵੱਲ ਵੇਖਦਾ ਹੈ ਸਤਿ ਸ਼੍ਰੀ ਅਕਾਲ ਬਾਜਵਾ ਢਿੱਲੋਂ ਨੂੰ ਇਹੀ ਸੀ ਤੇਰੀ ਦੋਸਤੀ ਮੇਰੀ ਨਿੱਕੀ ਜੀ ਗੱਲ ਨੂੰ ਵੀ ਤੂੰ ਨਾ ਰੱਖੀ ਢਿੱਲੋਂ ਮੇਰੇ ਘਰ ਘਰ ਪਹੁੰਚਣ ਤੋਂ ਪਹਿਲਾਂ ਹੀ ਸੁਖ ਤੇ ਸ਼ਰਨਜੀਤ ਇੱਥੇ ਆ ਗਏ ਬਾਜਵਾ ਮੈਂ ਸਫਾਈ ਨਹੀਂ ਮੰਗ ਰਿਹਾ ਤੂੰ ਮੇਰੀ ਮਦਦ ਨਹੀਂ ਕੀਤੀ ਮੇਰੇ ਲਈ ਇਹੋ ਕਾਫੀ ਹੈ ਤੇਰਾ ਸ਼ੁਕਰੀਆ ਢੀਲੋ ਇਸ ਵੇਲੇ ਦੋਹਾਂ ਭਰਾਵਾਂ ਵਿੱਚ ਮੈਂ ਨਹੀਂ ਆਉਂਦਾ ਫੇਰ ਗੱਲ ਕਰਾਂਗੇ ਢੀਲੋ ਜਾਂਦਾ ਹੈ ਸੁਖ ਛਤਿ ਸ਼੍ਰੀ ਅਕਾਲ ਭਰਾ ਜੀ ਸੱਤ ਸਮੁੰਦਰ ਪਾਰ ਕਰਕੇ ਤੁਹਾਨੂੰ ਮਿਲਣ ਵਾਸਤੇ ਆਇਆ ਤੁਹਾਡਾ ਨਹੀਂ ਜੀ ਉਧਰਿਆ ਸਾਡੇ ਬਗੈਰ ਮੇਰੇ ਤਾਂ ਡੋਲੇ ਕੰਬ ਰਹੇ ਹਨ ਇੱਦਾਂ ਫੜਕ ਰਿਹਾ ਹੈ ਪੈਰਾਂ ਤੇ ਖਲੋਤਾ ਨਹੀਂ ਜਾ ਰਿਹਾ ਤੇ ਤੁਹਾਨੂੰ ਕੁਝ ਨਹੀਂ ਹੋਇਆ ਇੱਕ ਵਾਰੀ ਗਲੇ ਨਹੀਂ ਮਿਲੋਗੇ ਇੱਕੋ ਵਾਰੀ ਬਾਜਵਾ ਉਹਦੇ ਨਾਲ ਅੱਖਾਂ ਮੇਲਿਆਂ ਬਗੈਰ ਸ਼ਰਨਜੀਤ ਕਿੱਥੇ ਵੇ ਸੁਖ ਤੁਸੀਂ ਉਹਨੂੰ ਪੂਰੇ ਆਦਰ ਨਾਲ ਉਹਦਾ ਹੱਕ ਦੇਣ ਲਈ ਤਿਆਰ ਹੋ ਬਾਜਵਾ ਮੈਂ ਉਹਦੀ ਸ਼ਕਲ ਨਹੀਂ ਵੇਖਣੀ ਜੇ ਉਹ ਕਿਤੇ ਮੇਰੇ ਸਾਹਮਣੇ ਆ ਗਈ ਤਾਂ ਅਨਰਥ ਹੋ ਜਾਏਗਾ ਸੁਖ ਉਸਨੇ ਅਜਿਹਾ ਗੁਨਾਹ ਤਾਂ ਕੋਈ ਨਹੀਂ ਸੀ ਕੀਤਾ ਜਿਸ ਦੀ ਸਜ਼ਾ ਭਾਰਤ ਵਿੱਚ ਵੀ ਦਿੱਤੀ ਪਰ ਹੁਣ ਸਮੁੰਦਰੋਂ ਪਾਰ ਆ ਕੇ ਵੀ ਤੁਹਾਨੂੰ ਚਾਹੀਦਾ ਹੈ ਬੀਤੀ ਤੇ ਮਿੱਟੀ ਪਾਓ ਬਾਜਵਾ ਸਮੁੰਦਰੋਂ ਪਾਰ ਆ ਕੇ ਦਿਲ ਦਾ ਪੱਥਰ ਤੇ ਨਹੀਂ ਬਣ ਜਾਂਦਾ ਸੁਖ ਜੇ ਤੁਹਾਡਾ ਦਿਲ ਦਿਲ ਹੁੰਦਾ ਤਾਂ ਮਾਂ ਜਾਈ ਵੀਰ ਵਾਸਤੇ ਪੰਗਰ ਦਾ ਨਾ ਆਪਣੀਆਂ ਆਂਦਰਾਂ ਲਈ ਧਰੂ ਨਾ ਪੈਂਦੀ ਇਹਦੇ ਵਿੱਚ ਆਪਣੇ ਬੱਚੇ ਤੇ ਪਤਨੀ ਦੀ ਖਬਰ ਸੁਣ ਕੇ ਬੇਕਾਬੂ ਨਾ ਹੋ ਜਾਂਦਾ ਏ ਬਾਜਵਾ ਸਮੁੰਦਰੋਂ ਪਰ ਆ ਕੇ ਮੈਂ ਕਿੰਨਾ ਰੋਇਆ ਕਿਸੇ ਨੂੰ ਕੀ ਪਤਾ ਸੱਤਾ ਸਮੁੰਦਰਾ ਜਿੰਨਾ ਪਾਣੀ ਮੇਰੀਆਂ ਅੱਖੀਆਂ ਵਿੱਚੋਂ ਝੋਇਆ ਦੇਵਤਾ ਹੋਣ ਦਾ ਦਾਵਾ ਨਹੀਂ ਕਰਦਾ ਪਰ ਮੈਂ ਆਪਣੇ ਸਾਰੇ ਗੁਨਾਹ ਸ਼ਰਨਜੀਤ ਦੀ ਝੋਲੀ ਵਿੱਚ ਰੱਖ ਕੇ ਉਸ ਤੋਂ ਮਾਫੀ ਮੰਗ ਲਈ ਸੀ ਤੇ ਸ਼ਰਨਜੀਤ ਨੇ ਮੇਰੀ ਕਸਮ ਖਾ ਕੇ ਆਖ ਦਿੱਤਾ ਸੀ ਉਹ ਬੇਦਾਗ ਹੈ ਪਵਿੱਤਰ ਹੈ ਸੁਖ ਪਰਜਾਈ ਝੂਠੀ ਕਸਮ ਨਹੀਂ ਖਾ ਸਕਦੀ ਬਾਜਵਾ ਪਰ ਜਦੋਂ ਮੈਨੂੰ ਪਤਾ ਲੱਗਾ ਉਸਨੇ ਮੇਰੇ ਅੱਗੇ ਝੂਠ ਮਾਰਿਆ ਮੇਰਾ ਕਾਲਜਾ ਪਾਟ ਗਿਆ ਮੇਰੇ ਲਈ ਜੀਣਾ ਮੁਸ਼ਕਿਲ ਹੋ ਗਿਆ ਮੈਂ ਇਸ ਵਿਸ਼ਵਾਸ ਘਾਤ ਤੋਂ ਤ੍ਰਹਿ ਕੇ ਸਮੁੰਦਰੋਂ ਪਾਰ ਦੌੜ ਆਇਆ ਸੁਖ ਕੋਰਾ ਝੂਠ ਪਾਜਵਾ ਇੱਥੇ ਆ ਕੇ ਵੀ ਸ਼ਾਇਦ ਜ਼ਿੰਦਾ ਨਾ ਰਹਿੰਦਾ ਜੇ ਮਰਸੀ ਨਾ ਮਿਲਦੀ ਮਰਸੀ ਨੇ ਮੈਨੂੰ ਜ਼ਿੰਦਗੀ ਦਿੱਤੀ ਐ ਨੇਕੀ ਵਫਾ ਵਿੱਚ ਮੇਰਾ ਵਿਸ਼ਵਾਸ ਬਹਾਲ ਕੀਤਾ ਮੈਂ ਆਪਣੀ ਜਾਨ ਦੇ ਸਕਣਾ ਮਰਸੀ ਨਾਲ ਬੇਫਾਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਸੁਖ ਮੈਂ ਵੀ ਪੰਜਾਬ ਤੋਂ ਚੱਲਣ ਲੱਗਿਆ ਕਸਮ ਖਾਦੀ ਸੀ ਕਿ ਆਪਣੀ ਪਰਜਾਈ ਦਾ ਸੁਹਾਗ ਉਹਨੂੰ ਲੈ ਦੇਵਾਂਗਾ ਸਮੁੰਦਰੋਂ ਪਾਰ ਦੇ ਰਿਵਾਜ ਨਾਲ ਮਰਸੀ ਦਾ ਸੁਹਾਗ ਹੋਰ ਬਣ ਸਕਦਾ ਐ ਸ਼ਰਨਜੀਤ ਤਾਂ ਨਹੀਂ ਤੇ ਹੁਣ ਸ਼ਰਨਜੀਤ ਮੇਰੀ ਪਰਜਾਈ ਛੁੱਟੜ ਵਾਪਸ ਨਹੀਂ ਜਾਵੇਗੀ ਜਿਉਂ ਗਈ ਤਾਂ ਮੇਰੀ ਲਾਸ਼ ਤੋਂ ਲੰਘ ਕੇ ਜਾਵੇਗੀ ਬਾਜਵਾ ਤੂੰ ਮੇਰਾ ਭਰਾ ਹੈ ਜਾਂ ਦੁਸ਼ਮਣ ਸਮੁੰਦਰੋਂ ਪਾਰ ਮੇਰੀ ਜ਼ਿੰਦਗੀ ਵਿੱਚ ਜ਼ਹਿਰ ਕੋ ਲੈਣਾ ਆ ਸੁਖ ਜਿਹੜਾ ਸੁੱਖ ਛੱਜੂ ਦੇ ਚੁਬਾਰੇ ਹੁੰਦਾ ਉਹ ਸਮੁੰਦਰਾਂ ਤੋਂ ਪਾਰ ਨਹੀਂ ਹੁੰਦਾ ਬਾਜਵਾ ਮੇਰੇ ਰਾਵਾਂ ਵਿੱਚ ਇਸ ਤਰ੍ਹਾਂ ਅੰਗਿਆਰੇ ਨਾ ਵਿਛਾ ਸ਼ਰਨਜੀਤ ਨੂੰ ਲੈ ਕੇ ਵਾਪਸ ਚਲਾ ਜਾ ਸੁਖ ਸੁਖ ਜੇ ਮੈਂ ਨਾ ਜਾਵਾਂ ਬਾਜਵਾ ਸ਼ਰਨਜੀਤ ਨੂੰ ਇਨੂੰ ਜਾਂ ਮੈਨੂੰ ਤਿੰਨਾ ਵਿੱਚੋਂ ਕਿਸੇ ਇੱਕ ਨੂੰ ਆਪਣੀ ਜਾਨ ਦੇਣੀ ਪਵੇਗੀ ਸੁਖ ਜੇ ਮੇਰੀ ਜਾਨ ਬਦਲੇ ਮੇਰੀ ਪਰਛਾਈ ਨੂੰ ਸੁਹਾਗ ਮਿਲ ਸਕਦਾ ਤਾਂ ਹਾਜ਼ਰ ਹੈ ਕੱਢ ਪਿਸਤੌਲ ਸੁਣਿਆ ਤੇਰੇ ਕੋਲ ਪਿਸਤੌਲ ਹੈ ਉਹ ਹੋਰ ਕਿਹੜੇ ਸ਼ੁਭ ਵੇਲੇ ਵਾਸਤੇ ਰੱਖਿਆਈ ਰੱਖਿਆ ਹੋਇਆ ਹੈ ਹਰਦੇਵ ਪਰੇਸ਼ਾਨੀ ਵਿੱਚ ਬੁੱਲ ਟੁਕਦਾ ਹੈ ਸੁਖ ਦਿਰਾਜ ਫਰੋਲਦਾ ਹੈ ਤੇ ਪਿਸਤੌਲ ਕੱਢ ਕੇ ਹਰਦੇਵ ਨੂੰ ਫੜਾ ਦਿੰਦਾ ਹੈ ਸੁਖ ਲੈ ਫੜ ਹਰਦੇਵ ਦਾ ਹੱਥ ਕੰਬਦਾ ਹੈ ਸੁਖ سینਾ ਤਾਣ ਕੇ ਮਾਰ ਗੋਲੀ ਆਪਣੀ ਰਾਹ ਦੀ ਕੰਧ ਨੂੰ ਢਾ ਦੇ ਹਰਦੇਵ ਦਾ ਹੱਥ ਕੰਮਦਾ ਹੈ ਉਹ ਪਿਸਤੌਲ ਸੁੱਟ ਕੇ ਰੋਣ ਲੱਗ ਪੈਂਦਾ ਹੈ ਸੁਖ ਅੱਗੇ ਵੱਧ ਕੇ ਉਸ ਨੂੰ ਗਲਵਕੜੀ ਪਾ ਲੈਂਦਾ ਹੈ ਮਰਸੀ ਦੀ ਡਰੈੱਸ ਵਿੱਚ ਸ਼ਰਨਜੀਤ ਦਰਵਾਜ਼ੇ ਵਿੱਚ ਖਲੋ ਜਾਂਦੀ ਹੈ ਹਰਦੇਵ ਵੱਲ ਪਿੱਠ ਕਰਕੇ ਖੜਦੀ ਹੈ ਮਤਲਬ ਉਹ ਰਾਈ ਨੀਟੂ ਨੂੰ ਲੈ ਕੇ ਆਉਂਦਾ ਹੈ ਰਾਈ ਨੀਟੂ ਦੇਖ ਤੇਰੇ ਡੈਡੀ ਹਰਦੇਵ ਪਿਆਰ ਮੁਗਧ ਨੀਟੂ ਵੱਲ ਦੇਖਦਾ ਹੈ ਨੀਟੂ ਜਾ ਕੇ ਸੁਖ ਨੂੰ ਜੱਫੀ ਪਾ ਲੈਂਦਾ ਹੈ ਨੀਟੂ ਅੰਕਲ ਜੀ ਮੈਂ ਬਹੁਤ ਟਾਫੀਆਂ ਖਾਧੀਆਂ ਸੁਖ ਡੈਡੀ ਨੂੰ ਮਿਲ ਬੇਟੇ ਇਹ ਤੇਰੇ ਡੈਡੀ ਨੇ ਨੀਟੂ ਨੀਚ ਨਾਲ ਵੇਖਦਾ ਹੈ ਹਰਦੇਵ ਬਾਵਾ ਪਸਾਰਦਾ ਹੈ ਨੀਟੂ ਉਸਤੇ ਕੁਛੜ ਚਲਾ ਜਾਂਦਾ ਹੈ ਉਹ ਇੱਕ ਨਾਲ ਲਾ ਕੇ ਪਿਆਰ ਕਰਦਾ ਹੈ ਰਾਏ ਕਮਾਲ ਦੀ ਡਬਲ ਐਕਟਿੰਗ ਹੈ ਮੇਰੇ ਦੋਸਤ ਇੱਕ ਵਾਈਫ ਇੰਡੀਆ ਵਿੱਚ ਇੱਕ ਸਮੁੰਦਰੋਂ ਪਾਰ ਹਰਦੇਵ ਬੁੱਲ ਟੁੱਕੇ ਦਰਵਾਜ਼ੇ ਵਿੱਚ ਖੜੀ ਔਰਤ ਵੱਲ ਇਸ਼ਾਰਾ ਕਰਦਾ ਹੈ ਜੋ ਉਹਦੇ ਖਿਆਲ ਵਿੱਚ ਮਰਸੀ ਹੈ ਰਾਏ ਸੌਰੀ ਵੈਰੀ ਸੌਰੀ ਚਲਾ ਜਾਂਦਾ ਹੈ ਸੁਖ ਹਰਦੇਵ ਤੋਂ ਨੀਟੂ ਨੂੰ ਲੈ ਕੇ ਅੰਦਰਲੇ ਦਰਵਾਜ਼ੇ ਵੱਲ ਜਾਂਦਾ ਹੋਇਆ ਮੰਮੀ ਨੂੰ ਵੀ ਮਿਲੋ ਨੀਟੂ ਰਾਜੇ ਇਹ ਤੁਹਾਡੇ ਮੰਮੀ ਸ਼ਰਨਜੀਤ ਨੂੰ ਫੜਾ ਦਿੰਦਾ ਹੈ ਨੀਟੂ ਕਾਰਨਲ ਉਸ ਦੇ ਮੂੰਹ ਵੱਲ ਵੇਖ ਕੇ ਗੱਲ ਨੂੰ ਲਿਫਟ ਜਾਂਦਾ ਹੈ ਉਹ ਚੁੰਮਦੀ ਹੈ ਹਰਦੇਵ ਬਹੁਤ ਹੈਰਾਨ ਹੁੰਦਾ ਹੈ ਤੇ ਪਰੇਸ਼ਾਨ ਵੀ ਸੁਖ ਮੁਸਕਰਾਉਂਦਾ ਤੇ ਨੀਟੂ ਨੂੰ ਲੈ ਕੇ ਪਿਛਲੇ ਕਮਰੇ ਵਿੱਚ ਚਲਾ ਜਾਂਦਾ ਹੈ ਬਾਜਵਾ ਮਰਸੀ ਡਾਰਲਿੰਗ ਪਲੀਜ਼ ਮਿਸਅੰਡਰਸਟੈਂਡ ਨਾ ਕਰਨਾ ਮੈਨੂੰ ਮੈਂ ਤੁਹਾਨੂੰ ਸਭ ਕੁਝ ਠੀਕ ਦੱਸ ਦਿਆਂਗਾ ਸ਼ਰਨਜੀਤ ਚੁੱਪ ਰਹਿੰਦੀ ਹੈ ਡੀਅਰ ਮਰਸੀ ਮਰਸੀ ਡੀਅਰ ਸ਼ਰਨ ਬਸ ਕਰੋ ਬਸ ਕਰੋ ਮੈਂ ਮਰਸੀ ਨਹੀਂ ਸ਼ਰਨਜੀਤਾਂ ਬਾਜਵਾ ਗੁੱਸੇ ਵਿੱਚ ਮਰਸੀ ਦੇ ਭੇਸ ਵਿੱਚ ਸ਼ਰਨ ਇਸ ਵਾਸਤੇ ਕਿ ਅੰਤਿਮ ਵਾਰ ਤੁਹਾਡੇ ਨਾਲ ਦੋ ਗੱਲਾਂ ਕਰ ਸਕਾਂ ਸਮੁੰਦਰੋਂ ਪਾਰ ਮੈਂ ਇਸ ਲਈ ਨਹੀਂ ਆਈ ਕਿ ਤੱਕੇ ਤੋੜੇ ਨਾਲ ਤੁਹਾਡੀ ਸਾਥਣ ਬਣ ਜਾਵਾਂ ਮੈਨੂੰ ਪਤਾ ਹੈ ਤੁਸੀਂ ਮੇਰੇ ਪਰਛਾਵੇਂ ਤੋਂ ਵੀ ਕੰਨੀ ਕਤਰਾਂਦੇ ਹੋ ਤੇ ਮੇਰੇ ਵਿੱਚ ਗੈਰਤ ਹੈ ਗੈਰਤ ਨਾ ਹੁੰਦੀ ਤਾਂ ਮੈਂ ਕਦੇ ਦੀ ਮਾਰ ਮੁੱਕ ਜਾਂਦੀ ਜਾਂ ਹੋਰ ਕਿਸੇ ਦੀ ਕੰਨੀ ਫੜ ਲੈਂਦੀ ਆਪਣੇ ਕਿਸੇ ਗੁਨਾਹ ਦੀ ਮਾਫੀ ਮੰਗਣ ਮੈਂ ਨਹੀਂ ਆਈ ਮੈਨੂੰ ਇਹ ਵੀ ਗਿਲਾ ਨਹੀਂ ਕਿ ਮੇਰੇ ਨਾਲ ਕੋਈ ਵਧਿੱਕੀ ਹੋਈ ਹੈ ਮੈਂ ਜ਼ਿੰਦਗੀ ਦੀ ਰਾਤੇ ਢਟਕ ਨਹੀਂ ਰਹੀ ਮੈਨੂੰ ਆਪਣੀ ਸੇਧ ਦਾ ਪਤਾ ਹੈ ਬਾਜਵਾ ਤਲਖੀ ਨਾਲ ਮੇਰਾ ਤੇਰਾ ਜਦੋਂ ਵਾਸਤਾ ਹੀ ਕੋਈ ਨਹੀਂ ਮੈਨੂੰ ਲੈਕਚਰ ਦੇਣ ਦਾ ਕੀ ਮਤਲਬ ਸ਼ਰਨ ਮੈਂ ਸਿਰਫ ਇਹ ਪੁੱਛਣਾ ਚਾਹੁੰਦੀ ਆ ਔਰਤ ਨੂੰ ਤੁਸੀਂ ਕੀ ਸਮਝਦੇ ਹੋ ਸ਼ਾਦੀ ਦਾ ਕੀ ਮਤਲਬ ਹੁੰਦਾ ਬਾਜਵਾ ਕੜਕ ਕੇ ਕੇ ਤੇ ਸੁਆ ਸੁੱਖ ਦਰਵਾਜ਼ੇ ਵਿੱਚ ਆ ਜਾਂਦਾ ਹੈ ਸ਼ਰਨ ਫੇਰ ਮੇਰੇ ਮੱਥੇ ਤੇ ਇਹ ਖੇਸਵਾ ਕਿਉਂ ਧੱਪੀ ਤੁਸੀਂ ਮੇਰਾ ਗੁਨਾਹ ਕੀ ਹੈ ਮੇਰਾ ਕਸੂਰ ਇਹੋ ਨਾ ਕਿ ਮੇਰਾ ਚਲਣ ਸੁੱਚਾ ਤੇ ਪਵਿੱਤਰ ਹੈ ਤੇ ਤੁਹਾਨੂੰ ਪੁੱਠੇ ਰਾਹੋਂ ਰੋਕਣ ਦੀ ਕੋਸ਼ਿਸ਼ ਕੀਤੀ ਆਪਣੀ ਖੋਖਲੇ ਚਾਲ ਚੱਲਣ ਨੂੰ ਮੇਰੇ ਨਾਲ ਸਾਵਾ ਕਰਨ ਲਈ ਤੁਸੀਂ ਮੇਰਾ ਮੂੰਹ ਬਲੁੰਦਰ ਕੇ ਚਰੀਟਾ ਪਾਣ ਦਾ ਕੋਝਾ ਯਤਨ ਕੀਤਾ ਆਪਣੀਆਂ ਜ਼ਹਿਰੀ ਨੋਂਦਰਾ ਨਾਲ ਮੇਰਾ ਹਿਰਦਾ ਪੱਛਿਆ ਆਪਣੀ ਗਲੀਜ਼ ਬੋਲਾਂ ਨਾਲ ਮੇਰੀ ਸ਼ਖਸੀਅਤ ਨੂੰ ਲਿਬੇੜ ਦਿੱਤਾ ਮੈਨੂੰ ਲੋਕਾਂ ਸਾਹਮਣੇ ਕੱਖੋਂ ਹੌਲਿਆ ਕਰ ਦਿੱਤਾ ਬਾਜਵਾ ਪੰਦ ਕਰ ਇਹ ਟਰ ਟਰ ਨਹੀਂ ਤਾਂ ਪਿਸਤੌਲ ਤਾਣਦਾ ਹੈ ਸ਼ਰਨ ਤੇ ਜਦੋਂ ਲੋਕਾਂ ਨੇ ਇਸ ਜ਼ਹਿਰ ਦੀਆਂ কুরਲੀਆਂ ਮੇਰੇ ਮੂੰਹ ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਤੁਹਾਡੇ ਕੋਲੋਂ ਸਬੂਤ ਮੰਗਿਆ ਤੁਸੀਂ ਘਰ ਛੱਡ ਦਿੱਤਾ ਇਨਸਾਨੀਅਤ ਛੱਡ ਦਿੱਤੀ ਸਮੁੰਦਰੋਂ ਪਾਰ ਤੁਸੀਂ ਇਸ ਵਾਸਤੇ ਨਹੀਂ ਸੀ ਦੌੜੇ ਕਿ ਮੈਂ ਕੋਈ ਬੇਫਾਈ ਕੀਤੀ ਐ ਸਗੋਂ ਇਸ ਵਾਸਤੇ ਦੌੜੇ ਸੀ ਕਿ ਆਪਣੇ ਗੁਨਾਹਾਂ ਤੇ ਪਰਦਾ ਪਾ ਸਕੋ ਜੇ ਮੈਂ ਗੁਨਾਹਗਰ ਸਾਂ ਤਾਂ ਅੱਜ ਆਪਣੇ ਭਰਾ ਦੇ ਸਾਹਮਣੇ ਇਹ ਦੱਸੋ ਮੈਂ ਕੀ ਗੁਨਾਹ ਕੀਤਾ ਸੀ ਸਬੂਤ ਦਿਓ ਮੇਰੇ ਗੁਨਾਹਾਂ ਦਾ ਦੁਕੰਦਰ ਆ ਜਾਂਦਾ ਹੈ ਹਰਦੇਵ ਦੋ ਕਦਮ ਅੱਗੇ ਵਧਦਾ ਹੈ ਬਾਜਵਾ ਜਾਂ ਲੋੜਿੰਦੀ ਐ ਤਾਂ ਹੋਰ ਇੱਕ ਲੱਬਸ ਨਾ ਬੋਲੀ ਨਿਕਲ ਜਾ ਇਥੋਂ ਕੜਕ ਕੇ ਨਿਕਲ ਜਾ ਸ਼ਰਨ ਮੈਂ ਬੇਇੱਜ਼ਤ ਹੋਣ ਵਾਸਤੇ ਨਹੀਂ ਐਡੀ ਦੂਰ ਆਈ ਬੇਇੱਜ਼ਤੀ ਦਾ ਦਾਗ ਮੈਂ ਮੱਥੇ 'ਤੇ ਧੋਣ ਆਈ ਆ ਮੌਤ ਜਾਂ ਇੱਜ਼ਤ ਕੁਝ ਵੀ ਮਨਜ਼ੂਰ ਐ ਬਾਜਵਾ ਤਾਂ ਮੌਤ ਮਿਲੇਗੀ ਸੁਖ ਸ਼ਰਨ ਜੀ ਦੇ ਅੱਗੇ ਖਲੋ ਜਾਂਦਾ ਹੈ ਹੌਲੀ-ਹੌਲੀ ਹਰਦੇਵ ਵਧਦਾ ਹੈ ਸੁਖ ਮੇਰੀ ਮੌਤ ਤੋਂ ਪਹਿਲਾਂ ਮੇਰੀ ਪਰਜਾਈ ਨਹੀਂ ਮਰੇਗੀ ਬਾਜਵਾ ਹਟ ਜਾ ਗੋ ਸੁਖ ਪਰਜਾਈ ਦੇ ਗੁਨਾਹ ਦਾ ਸਬੂਤ ਦਿਓ ਪਿਸਤੌਲ ਖੋਣ ਲਈ ਚੱਪਦਾ ਹੈ ਜੇ ਉਸ ਬੇਗੁਨਾਹ ਨੂੰ ਤੁਸੀਂ ਗੁਨਾਹਗਰ ਬਣਾਈ ਰੱਖਿਆ ਤਾਂ ਤੁਸੀਂ ਭਰਾ ਨਹੀਂ ਇਨਸਾਨ ਨਹੀਂ ਸ਼ਰਨ ਪਸ਼ੂਆਂ ਨੂੰ ਵੀ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਹੈ ਬਾਜਵਾ ਹਟ ਜਾ ਸੁਖ ਮੈਂ ਸ਼ੂਟ ਕਰ ਦਿਆਂਗਾ ਹਟ ਜਾ ਹਟ ਜਾ ਦੋਵੇਂ ਚੱਪੜਦੇ ਹਨ ਪਿਸਤੌਲ ਚੱਲ ਜਾਂਦਾ ਹੈ ਗੋਲੀ ਸੁਖਦੇਵ ਦੇ ਮੱਥੇ ਵਿੱਚ ਲੱਗਦੀ ਹੈ ਉਹ ਡਿੱਗ ਪੈਂਦਾ ਹੈ ਨਿਊ ਟੂ ਰੋਂਦਾ ਹੈ ਸ਼ਰਨਜੀਤ ਅਤਿਅੰਤ ਘਬਰਾਹਟ ਤੇ ਦੁੱਖ ਵਿੱਚ ਸੁਖ ਦੀ ਲੋਥ ਨੂੰ ਲਿਪਟ ਕੇ ਰੋਣ ਲੱਗ ਪੈਂਦੀ ਹੈ ਪਰਦਾ ਸੋ ਦੇਖਿਆ ਬੱਚੋ ਵੀ ਇੱਕ ਗਲਤ ਇਨਸਾਨ ਦੀ ਵਜ੍ਹਾ ਨਾਲ ਕਿੰਨੀਆਂ ਜ਼ਿੰਦਗੀਆਂ ਖਰਾਬ ਹੋਈਆਂ ਨੇ ਸੁਖ ਦੀ ਜ਼ਿੰਦਗੀ ਸ਼ਰਨਜੀਤ ਦੀ ਮਰਸੀ ਦੀ ਨੀਟੂ ਦੀ ਸੋ ਇਸ ਕਰਕੇ ਆਪਾਂ ਨੂੰ ਇਹੋ ਜਿਹੇ ਇਨਸਾਨ ਦੇ ਪਰਛਾਵੇਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਆਪਾਂ ਨੂੰ ਵੀ ਚੰਗੇ ਇਨਸਾਨ ਬਣਨਾ ਚਾਹੀਦਾ ਹੈ ਕਿਉਂਕਿ ਆਪਣੀ ਇੱਕ ਗਲਤੀ اپنی زندگی دا تلا سکتی ہے۔ تے ہن آ پ ਔਖے ਸ਼ਬਦਾਂ دے ਅਰਥ ਕਰਦੇ ਆਂ بچو۔ ਸੁਰਖਰੂ 파ਰਗ ਕਿਸੇ ਜ਼ਿੰਮੇਵਾਰੀ ਨੂੰ ਪੂਤਾ ਆ ਕੇ ਮੁਕਤ ਹੋ ਜਾਣਾ। ਇਜ਼ਾਮਾ ماحول ਵਾਤਾਵਰਨ। ਵਾਕੀ اصل ਵਿੱਚ ਗਵਾਰ ਅਗਿਆਨੀ ਮੂਰਖ। ਜੁਰਤ ਹਿੰਮਤ ਤਾਕਤ। ਜਫਰ ਜਾਲਣਾ ਮੁਸ਼ਕਲਾਂ ਦਾ ਸਾਹਮਣਾ ਕਰਨਾ। ਛੁੱਟੜ ਉਹ ਇਸਤਰੀ ਜਿਸ ਨੂੰ ਪਤੀ ਨੇ ਛੱਡਿਆ ਹੋਵੇ। ਬਾਜ਼ੂਏ ਬਾਵਾ ਵਿੱਚ ਸ਼ੇਮਫੁੱਲ ਸ਼ਰਮਨਾਕ। ਵੈਲਿਊਜ਼ ਕਦਰਾਂ ਕੀਮਤਾ ਗੈਰਤ ਸ਼ਰਮ ਅਣਖ ਗਲੀਜ਼ ਮੈਲਾ ਗੰਦਾ ਸੋ ਬੱਚਿਓ ਇਹ ਸਨ ਆਪਾਂ ਜੋ ਕੀਤੇ ਨੇ ਔਖੇ ਸ਼ਬਦਾਂ ਦੇ ਅਰਥ ਤੇ ਹੁਣ ਇੱਕ ਵਾਰ ਆਪਾਂ ਇਹਨਾਂ ਦੇ ਪਾਤਰਾਂ ਬਾਰੇ ਜ਼ਰੂਰ ਨਿਗਾਹ ਮਾਰ ਲਨੇ ਆ ਹਨਾ ਪਾਤਰ ਵੈਸੇ ਬੱਚਿਓ ਤੁਸੀਂ ਕੱਲਾ ਜਿਹੜੇ ਮੈਂ ਤੁਹਾਨੂੰ ਦੱਸਾਂਗੀ ਸਿਰਫ ਉਹੀ ਪਾਤਰ ਨਹੀਂ ਤੁਸੀਂ ਲਿਖਣੇ ਹੈਗੇ ਇਹਨਾਂ ਤੋਂ ਇਲਾਵਾ ਜੋ ਤੁਹਾਨੂੰ ਮਤਲਬ ਤੁਸੀਂ ਦੇਖਿਆ ਹੈ ਕੀ ਕੀ ਸਾਰਾ ਕੁਝ ਲਿਖ ਸਕਦੇ ਹੋ ਜੋ ਤੁਹਾਨੂੰ ਨਜ਼ਰ ਆਇਆ ਠੀਕ ਹੈ ਨਾ ਤੁਹਾਨੂੰ ਆਪਣੇ ਸਾਰੇ ਤੁਸੀਂ ਕਾਂਗੀ ਸੋਣਿਆ ਆਪਣੇ ਅਨੁਸਾਰ ਜੋ ਵੀ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਨੇ ਉਹ ਤੁਸੀਂ ਸਾਰੀਆਂ ਲਿਖ ਸਕਦੇ ਹੋ ਸੋ ਸਭ ਤੋਂ ਪਹਿਲਾਂ ਹਰਦੇਵ ਬਾਜਵਾ ਬੱਚਿਓ ਮੈਂ ਤੁਹਾਨੂੰ ਇੱਕ ਜਾਣ ਪਛਾਣ ਦੇਵਾਂਗੀ ਤੇ ਤੁਸੀਂ ਜਿਹੜੇ ਪੁਆਇੰਟ ਨੇ ਆਪਣੇ ਆਪ ਕੱਢਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਨਾ ਤੇ ਹਰਦੇਵ ਬਾਜਵਾ ਦੇਖਦੇ ਹਾਂ ਹਰਦੇਵ ਬਾਜਵਾ ਸਰਦਾਰ ਕਪੂਰ ਸਿੰਘ ਘੁੰਮਣ ਦੇ ਲਿਖੇ ਕਾਂਗੀ ਸਮੁੰਦਰੋਂ ਪਾਰ ਦਾ ਮੁੱਖ ਪਾਤਰ ਹੈ ਤੇ ਇਹ ਕਾਂਗੀ ਦੇ ਵਿੱਚ ਕੀ ਹੁੰਦਾ ਹੈ ਬੱਚਿਓ ਉਹ ਮਤਲਬ ਸਹੀ ਇਨਸਾਨ ਨਹੀਂ ਹੁੰਦਾ ਠੀਕ ਹੈ ਨਾ ਇਹ ਕਾਂਗੀ ਬੰਨਗੀ ਪੁਸਤਕ ਦਸਵੀਂ ਵਿੱਚ ਦਰਜ ਉਹ ਸੁਖਤੇਵ ਬਾਜਵਾ ਦਾ ਵੱਡਾ ਭਰਾ ਤੇ ਸ਼ਰਨਜੀਤ ਦਾ ਪਤੀ ਹੈ ਨੀਟੂ ਉਸ ਦਾ ਲੜਕਾ ਹੈ ਉਹ ਪੰਜਾਬ ਦਾ ਵਾਸੀ ਹੈ ਪਰ ਹੁਣ ਇੰਗਲੈਂਡ ਵਿੱਚ ਰਹਿੰਦਾ ਹੈ ਉਸ ਦੇ ਸੁਭਾਅ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ ਮਤਲਬ ਅੱਗੇ ਦਿੱਤੀਆਂ ਵਿਸ਼ੇਸ਼ਤਾਵਾਂ ਹਨ ਜੋ ਆਪਾਂ ਕਰਾਂਗੇ ਠੀਕ ਹੈ ਨਾ ਹਰਦੇਵ ਬਾਜਵਾ ਮੁੱਢ ਤੋਂ ਹੀ ਆਵਾਰਾ ਗਰਦ ਕਿਸਮ ਦਾ ਵਿਅਕਤੀ ਹੈ ਉਸ ਦਾ ਚਾਲ ਚੱਲਣ ਚੰਗਾ ਨਹੀਂ ਇਕਲਾਕ ਨਾਂ ਦੀ ਚੀਜ਼ ਉਸ ਤੋਂ ਬਹੁਤ ਦੂਰ ਹੈ ਜਦੋਂ ਉਹਦੀ ਸੁੰਦਰ ਤੇ ਸੁਚੱਜੀ ਪਤਨੀ ਉਸ ਨੂੰ ਮਾਰੇ ਕੰਮਾਂ ਤੋਂ ਰੋਕਦੀ ਹੈ ਤਾਂ ਉਹ ਉਲਟਾ ਕਿ ਆਪਣੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਦੋਸ਼ ਵੀ ਲਾਉਂਦਾ ਹੈ ਉਸਤੇ ਉਹ ਆਪਣੇ ਪਾਲੇ ਤੋਂ ਡਰਦਾ ਹੋਇਆ ਪੰਜਾਬ ਤੋਂ ਇੰਗਲੈਂਡ ਆ ਜਾਂਦਾ ਹੈ ਉਹ ਮਿਡਲ ਸੈਕਸ ਇੰਗਲੈਂਡ ਆ ਕੇ ਝੂਠ ਬੋਲ ਕੇ ਅੰਗਰੇਜ਼ ਲੜਕੀ ਮਰਸੀ ਨਾਲ ਵਿਆਹ ਕਰਾ ਲੈਂਦਾ ਹੈ ਬਾਜਵਾ ਮਰਸੀ ਨੂੰ ਇਹ ਨਹੀਂ ਦੱਸਦਾ ਕਿ ਉਸ ਦਾ ਪਹਿਲਾ ਵਿਆਹ ਹੋ ਚੁੱਕਾ ਹੈ ਉਹ ਧੋਖੇਬਾਜ਼ ਤੇ ਮਕਾਰ ਹੈ ਮਤਲਬ ਉਹ ਦੱਸਦਾ ਵੀ ਉਹਦਾ ਤਲਾਕ ਹੋ ਗਿਆ ਠੀਕ ਹੈ ਨਾ ਵੀ ਹੁਣ ਉਹਦਾ ਵਿਆਹ ਨਹੀਂ ਹੈਗਾ ਉਸ ਨੂੰ ਦੋਸਤੀ ਲੋਰਾਂ ਹੀ ਪਤਾ ਲੱਗਦਾ ਹੈ ਕਿ ਸ਼ਰਨਜੀਤ ਪੰਜਾਬ ਤੋਂ ਹੁਣੇ ਇੰਗਲੈਂਡ ਪਹੁੰਚੀ ਹੈ ਪਹਿਲਾਂ ਤਾਂ ਉਹ ਇਸ ਸੱਚਾਈ ਨੂੰ ਨਹੀਂ ਮੰਨਦਾ ਪਰ ਜਦੋਂ ਉਸ ਨੂੰ ਦੋਸਤੀ ਗੱਲ ਤੇ ਯਕੀਨ ਹੋ ਜਾਂਦਾ ਹੈ ਤਾਂ ਉਹ ਸ਼ਰਨਜੀਤ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ ਉਸ ਦੀ ਪਤਨੀ ਨਾਲ ਵੀ ਇਹਨਾਂ ਵੈਰ ਰੱਖਦਾ ਹੈ ਕਿ ਪਤਨੀ ਨੂੰ ਮਾਰਨ ਤੋਂ ਵੀ ਨਹੀਂ ਡਰਦਾ ਉਹ ਸਾਫ਼ ਤੌਰ ਤੇ ਕਹਿੰਦਾ ਹੈ ਕਿ ਉਹ ਕੈਦ ਹੋ ਸਕਦਾ ਹੈ ਮਤਲਬ ਕੈਦ ਦੇ ਵਿੱਚ ਜਾ ਸਕਦਾ ਹੈ ਪਰ ਕਤਲ ਜ਼ਰੂਰ ਕਰੇਗਾ ਸ਼ਰਨ ਨੂੰ ਤੇ ਕਤਲ ਕਰ ਸਕਦਾ ਹੈ ਉਹ ਸ਼ਰਨਜੀਤ ਦੀ ਸ਼ਕਲ ਕਿਸੇ ਕੀਮਤ ਤੇ ਨਹੀਂ ਵੇਖੇਗਾ ਉਸ ਦਾ ਛੋਟਾ ਭਰਾ ਸੁਖਦੇਵ ਬਾਜਵਾ ਇਸ ਗੱਲ ਨੂੰ ਸਪਸ਼ਟ ਰੂਪ ਵਿੱਚ ਹਰਦੇਵ ਬਾਜਵਾ ਨੂੰ ਕਹਿੰਦਾ ਹੈ ਕਿ ਉਸ ਦੀ ਪਰਜਾਈ ਨੂੰ ਉਸ ਦਾ ਹੱਕ ਜ਼ਰੂਰ ਦਿਵਾਏਗਾ ਕਰੋਹ ਦੇ ਵਿੱਚ ਆ ਕੇ ਹਰਦੇਵ ਬਾਜਵਾ ਸ਼ਰਨਜੀਤ ਤੇ ਗੋਲੀ ਚਲਾਉਂਦਾ ਹੈ ਪਰ ਗੋਲੀ ਸੁਖਦੇਵ ਬਾਜਵਾ ਨੂੰ ਲੱਗਦੀ ਹੈ ਮਤਲਬ ਉਹ ਜਦੋਂ ਰੋਕਦਾ ਹੁੰਦਾ ਵੀ ਪਹਿਲਾਂ ਤੂੰ ਮੇਰੇ ਗੋਲੀ ਮਾਰ ਜਦੋਂ ਉਸ ਦਾ ਦੋਸਤ ਢਿੱਲੋਂ ਇਹ ਗੱਲ ਦੱਸਦਾ ਹੈ ਕਿ ਇੰਗਲੈਂਡ ਵਿੱਚ ਵੀ ਇਹ ਭਾਰਤ ਵਾਲਾ ਹੀ ਕਾਨੂੰਨ ਹੈ ਤਾਂ ਇਨਸਾਨ ਇੱਕ ਪਤਨੀ ਦੇ ਹੁੰਦੇ ਆ ਦੂਜੀ ਨਾਲ ਵਿਆਹ ਨਹੀਂ ਕਰਾ ਸਕਦਾ ਪਰ ਬਾਜਵਾ ਇਸ ਗੱਲ ਨੂੰ ਨਹੀਂ ਮੰਨਦਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਰਤੇਬ ਬਾਜਵਾ ਇੱਕ ਲਾਲ ਪੂਰਾ ਮਤਲਬ ਆਪਾਂ ਕੀ ਕਹਿ ਸਕਦੇ ਵੀ ਬਹੁਤ ਗੰਦਾ ਇਨਸਾਨ ਸੀ ਉਹ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਸੀ ਧੋਖੇਬਾਜ਼ ਸੀ ਤੇ ਛੇਤੀ ਹੀ ਤੈਸ਼ ਵਿੱਚ ਆ ਜਾਂਦਾ ਸੀ ਉਸ ਨੂੰ ਆਪਣੀ ਗਲਤੀ ਦੀ ਕੋਈ ਪਰਵਾਹ ਨਹੀਂ ਸੀ ਨਾ ਹੀ ਉਹ ਗਲਤੀ ਨੂੰ ਮੰਨਦਾ ਸੀ ਝੂਠੇ ਦੋਸ਼ ਲਾਉਂਦਾ ਸੀ ਸਗੋਂ ਉਹ ਮਾੜਾ ਇਨਸਾਨ ਸੀ ਠੀਕ ਹੈ ਬੱਚੋ ਫਿਰ ਅੱਗੇ ਆ ਗਿਆ ਸੁਖਦੇਵ ਬਾਜਵਾ ਸੁਖਦੇਵ ਬਾਜਵਾ ਸਰਦਾਰ ਘੁੰਮਣ ਸਿੰਘ ਦੇ ਲਿਖੇ ਕਾਂਗੀ ਸਮੁੰਦਰੋਂ ਪਾਰ ਜੋ ਕਿ ਬੰਨਗੀ 10ਵੀਂ ਦੀ ਪਾਠ ਪੁਸਤਕ ਦੇ ਵਿੱਚ ਦਰਜ ਹੈ ਦਾ ਇੱਕ ਮਹੱਤਵਪੂਰਨ ਪਾਤਰ ਹੈ ਇਹ ਹਰਦੇਵ ਬਾਜਵੇ ਦਾ ਛੋਟਾ ਭਰਾ ਤੇ ਸ਼ਰਨਜੀਤ ਦਾ ਦਿਉਰ ਹੈ ਇਹ ਪੰਜਾਬ ਦਾ ਵਾਸੀ ਹੈ ਤੇ ਇੰਗਲੈਂਡ ਆਇਆ ਹੋਇਆ ਹੈ ਉਸ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਸ ਦਾ ਭਰਾ ਹਰਦੇਵ ਬਾਜਵਾ ਗਲਤ ਰਸਤੇ ਤੇ ਚਲਾ ਗਿਆ ਹੈ। ਇਸ ਲਈ ਉਹ ਭਰਾ ਦਾ ਸਾਥ ਛੱਡ ਕੇ ਆਪਣੀ ਪਰਚਾਈ ਦੀ ਸਹਾਇਤਾ ਕਰਦਾ ਹੈ। ਉਹ ਆਪਣੀ ਪਰਚਾਈ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ। ਠੀਕ ਹੈ ਨਾ ਉਹ ਕਹਿੰਦਾ ਵੀ ਮੈਂ ਜਾਨ ਵੀ ਵਾਰ ਦਿਆਂਗਾ ਆਪਣੀ ਪਰਚਾਈ ਲਈ ਕਿਉਂਕਿ ਉਹ ਉਸ ਦੀ ਮਾਂ ਵਰਗੀ ਹੁੰਦੀ ਹੈ। ਉਹ ਸ਼ਰਨਜੀਤ ਦੇ ਸੱਚੇ ਸੁੱਚੇ ਚਾਲ ਚੱਲਣ ਦੀ ਵਡਿਆਈ ਕਰਦਾ ਹੋਇਆ ਢਿੱਲੋਂ ਨੂੰ ਕਹਿੰਦਾ ਹੈ ਕਿ ਉਸ ਦੀ ਪਰਚਾਈ ਤੇ ਇੰਨਾ ਭਰੋਸਾ ਹੈ ਉਸ ਨੂੰ ਜਿੰਨਾ ਮੈਂ ਆਪਣੀ ਮਾਂ ਤੇ ਕਰਦਾ ਹਾਂ ਇਹ ਸਾਡਾ ਰਿਸ਼ਤਾ ਜੋ ਮਾਂ ਪੁੱਤ ਵਾਲਾ ਹੈ ਸੁਖਦੇਵ ਜ਼ਰਾ ਤੇਜ਼ ਸੁਭਾ ਦਾ ਮਾਲਕ ਹੈ ਦੂਜੇ ਨੂੰ ਉਸ ਤੇ ਯੋਗ ਹੱਕ ਦਿਵਾਉਣ ਲਈ ਹਮੇਸ਼ਾ ਲੜਾਈ ਲੜਦਾ ਹੈ ਉਹ ਨੇਡਰ ਵੀ ਹੈ ਠੀਕ ਹੈ ਨਾ ਪਰਜਾਈ ਨੂੰ ਹੱਕ ਦਿਵਾਉਂਦਾ ਏ ਜੇਕਰ ਇਹਹੀ ਸਥਿਤੀ ਵਾਪਰੀ ਤਾਂ ਉਹ ਕਹਿੰਦਾ ਹੈ ਵੀ ਮੇਰੀ Laash ਇੱਥੇ ਤੋਂ ਵਾਪਸ ਜਾਵੇ ਕਿ ਜਿਵੇਂ ਸ਼ਰਨਜੀਤ ਇਸ ਤਰ੍ਹਾਂ ਹੀ ਵਾਪਸ ਚਲੀ ਜਾਏਗੀ ਜਦ ਹਰਦੇਵ ਵਾਜਵਾ ਗੁੱਸੇ ਵਿੱਚ ਆ ਕੇ ਸ਼ਰਨਜੀਤ ਨੂੰ ਗੋਲੀ ਮਾਰਨ ਦਾ ਉਪਰਾਲਾ ਕਰਦਾ ਹੈ ਤਾਂ ਸੁਖਦੇਵ ਆਪਣੀ ਪਰਜਾਈ ਨੂੰ ਬਚਾਉਂਦਾ ਹੋਇਆ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁਖਦੇਵ ਵਾਜਵਾ ਸੱਚਾ ਸੁੱਚਾ ਹੈ ਇਨਸਾਨ। ਦੂਜੇ ਦੇ ਜਾਇਜ਼ ਹੱਕ ਦਿਵਾਉਣ ਦੀ ਕੁਰਬਾਨੀ ਤੋਂ ਵੀ ਨਹੀਂ ਉਹ ਡਰਦਾ ਤੇ ਕੁਰਬਾਨੀ ਦੇਂਦਾ ਵੀ ਹੈ ਨੀਡਰ ਵਿਅਕਤੀ ਹੈ। ਫਿਰ ਉਸ ਤੋਂ ਬਾਅਦ ਆ ਗਿਆ ਬੱਚੋ ਸ਼ਰਨਜੀਤ। ਸ਼ਰਨਜੀਤ ਸਰਦਾਰ ਕਪੂਰ ਸਿੰਘ ਘੁੰਮਣ ਦੇ ਲਿਖੇ ਕਾਂਗੀ ਸਮੁੰਦਰੋ ਪਾਰ ਦੀ ਮਹੱਤਵਪੂਰਨ ਇਸਤਰੀ ਪਾਤਰ ਹੈ ਇਹ ਕਾਂਗੀ ਵੰਨਗੀ ਪੁਸਤਕ ਵਿੱਚ ਦਰਜ ਹੈ ਇਹ ਹਰਦੇਵ ਬਾਜਵਾ ਦੀ ਪਤਨੀ ਤੇ ਨੇਟੂ ਦੀ ਮਾਂ ਹੈ ਸੁਖਦੇਵ ਬਾਜਵਾ ਇਸ ਦਾ ਦਿਉਰ ਹੈ ਇਹ ਇੱਕ ਸੁੰਦਰ ਤੇ ਸੁਲਝੀ ਹੋਈ ਇਸਤਰੀ ਹੈ ਉਹ ਆਪਣੇ ਬਦਚਲਨ ਪਤੀ ਹਰਦੇਵ ਬਾਜਵਾ ਨੂੰ ਸਮਝਾਉਣ ਦਾ ਅਸਫਲ ਯਤਨ ਕਰਦੀ ਹੈ ਜਦੋਂ ਹਰਦੇਵ ਬਾਜਵਾ ਇਸ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਛੱਡ ਕੇ ਮਿਡਲ ਸੈਕਸ ਇੰਗਲੈਂਡ ਪਹੁੰਚ ਜਾਂਦਾ ਹੈ ਤਾਂ ਉਹ ਵੀ ਆਪਣੇ ਪੁੱਤਰ ਸਮੇਤ ਇੰਗਲੈਂਡ ਪੁੱਜ ਜਾਂਦੀ ਹੈ। ਇਹ ਬਹੁਤ ਸੌਅ ਤੇ ਸੁਸ਼ੀਲ ਔਸਤਰੀ ਹੈ। ਇਸ ਲਈ ਉਸ ਦਾ ਦਿਓਰ ਸੁਖਦੇਵ ਬਾਜਵਾ ਆਪਣੇ ਛੁੱਠੇ ਭਾਈ ਹਰਦੇਵ ਬਾਜਵਾ ਦਾ ਸਾਥ ਛੱਡ ਕੇ ਆਪਣੀ ਭਰਜਾਈ ਸ਼ਰਨਜੀਤ ਦਾ ਸਾਥ ਦਿੰਦਾ ਹੈ। ਅਤੇ ਹਰ ਪ੍ਰਕਾਰ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ। ਸ਼ਰਨਜੀਤ ਦਾ ਮਨ ਕੋਮਲ ਤੇ ਨਿਮਰਤਾ ਦਾ ਧਾਰਨੀ ਹੈ। ਉਹ ਨਹੀਂ ਚਾਹੁੰਦੀ ਕਿ ਮਰਸੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਵੇ। ਉਹ ਆਪਣੀ ਮਾੜੀ ਕਿਸਮਤ ਨੂੰ ਵੀ ਕੋਸਦੀ ਹੈ। ਉਹ ਚਾਹੁੰਦੀ ਹੈ ਕਿ ਪਿਤਾ ਆਪਣੇ ਪੁੱਤਰ ਨੀਟੂ ਨੂੰ ਪਿਆਰ ਕਰੇ ਉਹ ਅਣਖ ਦਾ ਮਾਦਾ ਵੀ ਰੱਖਦੀ ਹੈ ਉਹ ਆਪਣੀ ਪਤਨੀ ਜੋ ਆਪਣੇ ਪਤੀ ਦੇ ਦੋਸ਼ ਨੇ ਉਹਨਾਂ ਤੋਂ ਵੀ ਜਾਣੂ ਹੁੰਦੀ ਹੈ ਇਸ ਲਈ ਉਹ ਖਰੀਆਂ-ਖਰੀਆਂ ਵੀ ਸੁਣਾਉਂਦੀ ਹੈ ਉਹ ਪਤੀ ਹਰਦੇਵ ਬਾਜਵਾ ਨੂੰ ਇਹ ਕਹਿਣ ਦਾ ਹੌਸਲਾ ਰੱਖਦੀ ਹੈ ਕਿ ਉਹ ਇੱਥੇ ਬੇਸਤ ਹੋਣ ਲਈ ਨਹੀਂ ਆਈ ਸਗੋਂ ਬਦਨਾਮੀ ਦਾ ਦਾਗ ਧੋਣ ਲਈ ਆਈ ਹੈ ਉਹ ਇਹ ਗੱਲ ਸਪਸ਼ਟ ਰੂਪ ਵਿੱਚ ਆਖਣ ਤੋਂ ਨਹੀਂ ਡਰਦੀ ਕਿ ਉਸ ਨੂੰ ਮੌਤ ਜਾਂ ਇੱਜ਼ਤ ਤੋਹਾਂ ਵਿੱਚੋਂ ਕੋਈ ਇੱਕ ਮਨਜ਼ੂਰ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਰਨਜੀਤ ਇੱਕ ਸੁੰਦਰ, ਸੁਸ਼ੀਲ ਤੇ ਨੇੜਨ ਇਸਤਰੀ ਹੈ। ਪੜ੍ਹੀ ਲਿਖੀ ਇਸਤਰੀ ਹੈ। ਤੇ ਐਕਟਿੰਗ ਵੀ ਵਧੀਆ ਅਭਿਨੇ ਵੀ ਵਧੀਆ ਕਰ ਲੰਦੀ ਉਹ ਮਰਸੀ ਦਾ ਵੀ ਨੇ ਕਿੱਤਾ ਹੁੰਦਾ ਨੇ ਹੈਨਾ। ਅੱਗੇ ਆ ਗਿਆ ਬੱਚੋ ਮਰਸੀ। ਮਰਸੀ ਸਰਦਾਰ ਕਪੂਰ ਸਿੰਘ ਘੁੰਮਣ ਦੇ ਲਿਖੇ ਕਾਂਗੀ ਸਮੁੰਦਰੋਂ ਪਾਰ ਜੋ ਕਿ ਬੰਨ ਕੇ ਪੁਸਤਕ ਵਿੱਚ ਦਰਜ ਹੈ ਦਾ ਇੱਕ ਪਾਤਰ ਹੈ। ਮਤਲਬ ਮੁੱਖ ਪਾਤਰ ਨਹੀਂ ਆਪਾਂ ਕਹਾਂਗੇ ਗੋਣ ਪਾਤਰ ਹੈ। ਇਹ ਇੰਗਲੈਂਡ ਦੀ ਰਹਿਣ ਵਾਲੀ ਕੁੜੀ ਹੈ ਉਹ ਦੂਸਰੇ ਨੂੰ ਮਿਲ ਕੇ ਬਹੁਤ ਖੁਸ਼ੀ ਪ੍ਰਗਟ ਕਰਦੀ ਹੈ ਉਹ ਇਹ ਪੁੱਛਣ ਤੇ ਕਿ ਉਹ ਪੰਜਾਬ ਮਤਲਬ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਪਸੰਦ ਕਰਦੀ ਹੈ ਪੰਜਾਬੀ ਜੀ ਜਾਣਦੀ ਹੈ ਥੋੜੀ-ਥੋੜੀ ਉਹ ਸੁਖਦੇਵ ਨੂੰ ਦੱਸਦੀ ਹੈ ਕਿ ਉਹ ਹਰਦੇਵ ਦੀ ਪਤਨੀ ਹੈ ਜਦੋਂ ਉਸ ਨੂੰ ਸੁਖਦੇਵ ਤੋਂ ਪਤਾ ਲੱਗਦਾ ਹੈ ਕਿ ਬਾਜਵੇ ਦੀ ਇੱਕ ਹੋਰ ਪਤਨੀ ਵੀ ਹੈ ਤਾਂ ਮਰਸੀ ਕਹਿੰਦੀ ਹੈ ਕਿ ਬਾਜਵੇ ਨੇ ਝੂਠ ਬੋਲ ਕੇ ਮੇਰੇ ਨਾਲ ਧੋਖਾ ਕੀਤਾ ਹੈ ਉਹ ਕਹਿੰਦੀ ਹੈ ਕਿ ਉਸਦੀ ਪਹਿਲੀ ਪਤਨੀ ਸ਼ਰਨਜੀਤ ਦਾ ਤਲਾਕ ਹੋ ਗਿਆ ਹੈ ਜਦ ਕੀ ਅਜਿਹਾ ਨਹੀਂ ਹੈ ਉਸਨੇ ਝੂਠ ਬੋਲ ਕੇ ਮੇਰੇ ਨਾਲ ਸ਼ਾਦੀ ਕਰ ਲਈ ਉਹ ਇਸ ਝੂਠ ਨੂੰ ਪਸੰਦ ਨਹੀਂ ਕਰਦੀ ਕਿਉਂਕਿ ਇੰਗਲੈਂਡ ਵਿੱਚ ਝੂਠ ਨਹੀਂ ਬੋਲਿਆ ਜਾਂਦਾ ਮਰਸੀ ਧੋਖਾ ਹੋਣ ਤੋਂ ਕਬਰੋਧ ਵਿੱਚ ਆ ਜਾਂਦੀ ਹੈ ਮਤਲਬ ਕ੍ਰੋਧ ਦੇ ਵਿੱਚ ਉਹ ਆ ਜਾਂਦੀ ਹੈ ਅਤੇ ਹਿੰਦੁਸਤਾਨੀਆਂ ਨੂੰ ਬੁਰਾ ਭਲਾ ਕਹਿੰਦੀ ਹੈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਰਸੀ ਨੂੰ ਝੂਠ ਤੋਂ ਨਫ਼ਰਤ ਹੈ ਦੂਜੇ ਤੇ ਬਹੁਤ ਛੇਤੀ ਵਿਸ਼ਵਾਸ ਕਰ ਲੈਂਦੀ ਹੈ ਤੇ ਦੁੱਖ ਵੀ ਬਹੁਤ ਕਰਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਸੋ ਬੱਚਿਓ ਇਹ ਸਾਨੇ ਨੇ ਦੇ ਪਾਤਰ ਹਾਂਜੀ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਆਂ ਇਸੇ ਕਾਂਗੀ ਦੇ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਵੀ ਸਮੁੰਦਰੋਂ ਪਾਰ ਇਹ ਕਾਂਗੀ ਕਿੰਨਾ ਨੇ ਲਿਖੀ ਹੋਈ ਆਪਾਂ ਕਹਾਂਗੇ ਕਪੂਰ ਸਿੰਘ ਘੁੰਮਣ ਜੀ ਨੇ ਠੀਕ ਹੈ ਨਾ ਫਿਰ ਇਸ ਤੋਂ ਬਾਅਦ ਆ ਗਿਆ ਤੇ ਹਰਦੇਵ ਬਾਜਵਾ ਬਲਵੰਤ ਢੀਲੋ ਹਕੂਮਤ ਰਾਏ ਸੁਖਦੇਵ ਬਾਜਵਾ ਸ਼ਰਨਜੀਤ ਮਰਸੀ ਨੀਟੂ ਕਿ ਇਸ ਕਾਂਗੀ ਦੇ ਪਾਤਰ ਹਨ ਸਮੁੰਦਰੋਂ ਪਾਰ ਉੰਜ ਵੀ ਆ ਸਕਦਾ ਪ੍ਰਸ਼ਨ ਠੀਕ ਹੈ ਤਾਂ ਵੀ ਇਸ ਕਹਾਣੀ ਦੇ ਪਾਤਰਾਂ ਦੇ ਨਾਂ ਦੱਸੋ ਫਿਰ ਆਪਾਂ ਇਹ ਦੱਸ ਸਕਦੇ ਹਾਂ ਜਾਂ ਕੱਲੇ-ਕੱਲੇ ਬਾਰੇ ਪੁੱਛ ਸਕਦੇ ਨੇ ਆਪਾਂ ਨੂੰ ਹਰਦੇਵ ਬਾਜਵਾਦੀ ਪਤਨੀ ਦਾ ਨਾਂ ਕੀ ਹੈ ਜਿਹੜੀ ਪੰਜਾਬਣ ਹੁੰਦੀ ਆ ਉਹਦਾ ਨਾਂ ਕੀ ਹੁੰਦਾ ਬੱਚਿਓ ਸ਼ਰਨਜੀਤ ਤੇ ਜਿਹੜੀ ਇੰਗਲੈਂਡ ਵਾਲੀ ਪਤਨੀ ਹੁੰਦੀ ਆ ਉਹਦਾ ਨਾਂ ਹੁੰਦਾ ਹੈ ਮਰਸੀ ਠੀਕ ਹੈ ਉਸਦੇ ਭਰਾ ਦਾ ਕੀ ਨਾਂ ਹੁੰਦਾ ਸੁਖਦੇਵ ਬਾਜਵਾ ਠੀਕ ਹੈ ਦੋਸਤ ਦਾ ਨਾਂ ਕੀ ਹੁੰਦਾ ਹੈ ਬਲਵੰਤ ਢੀਲੋ ਠੀਕ ਹੈ ਆ ਫਿਰ ਇਸ ਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਉਤਰਨੇ ਪਿੱਤਰ ਵਾਰਤਾਲਾਪ ਦੇ ਵਿੱਚੋਂ ਪੁੱਛ ਸਕਦੇ ਨੇ ਠੀਕ ਹੈ ਨਾ ਵੀ ਜਿਵੇਂ ਮਰਸੀ ਚੰਗੀ ਹੁੰਦੀ ਹੈ ਕਿ ਮਾੜੀ ਮਰਸੀ ਚੰਗੀ ਹੁੰਦੀ ਹੈ ਤੇ ਸ਼ਰਨਜੀਤ ਵੀ ਚੰਗੀ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਵਾਰਤਾਲਾਪ ਦੇ ਵਿੱਚੋਂ ਹੀ ਨਿਕਲ ਸਕਦੇ ਨੇ ਠੀਕ ਹੈ ਬੱਚਾ ਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਾ